ਖੇਤੀਬਾੜੀ ਵਿਸ਼ਾ ਹੈਗਾ ਉਹ ਵੀ ਬਾਦੂ ਵਿਸ਼ਾ ਬਣਾ ਰੱਖਿਆ ਹੈਗਾ ਡਰਾਇੰਗ ਆ ਉਹ ਵੀ ਬਾਦੂ ਵਿਸ਼ਾ ਬਣਾ ਰੱਖਿਆ ਹੈਗਾ ਜਦ ਕਿ ਇਹ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਤਾਂ ਕੰਮ ਆਉਣ ਵਾਲੀਆਂ ਚੀਜ਼ਾਂ ਤਾਂ ਇਹੀ ਨਹੀਂ ਆ ਜਾਂ ਤਾਂ ਜਿਹੜੇ ਲਈ ਆ ਵੀ ਖੇਤੀਬਾੜੀ ਜਦ ਜ਼ਿਆਦਾਤਰ ਸਕੂਲਾਂ ਚ ਟੀਚਰ ਨਹੀਂ ਗਾ ਡਰਾਇੰਗ ਟੀਚਰ ਜੀ ਤੇ ਫਿਜ਼ੀਕਲ ਆ ਟੀਚਰ ਡਰਾਇੰਗ ਕਰਾਈ ਜਾਂਦਾ ਜੀ ਸਾਇੰਸ ਵਾਲਾ ਟੀਚਰ ਡਰਾਇੰਗ ਕਰਾਈ ਜਾਂਦੀ ਮਤਲਬ ਐਦਾਂ ਡਰਾਇੰਗ ਦੇ ਵਿਸ਼ੇ ਨੂੰ ਮਜ਼ਾਕ ਜਿਹਾ ਬਣਾ ਕੇ ਰੱਖਤਾ ਜੀ ਜਿਹੜੀ ਡਰਾਇੰਗ ਨੇ ਮਤਲਬ ਲੱਖਾਂ ਜਵੱਖਾਂ ਦਾ ਫਿਊਚਰ ਬਣਾਉਣਾ ਸੀਗਾ ਜੀ ਉਹਨਾਂ ਨੂੰ ਮਜ਼ਾਕ ਬਣਾਤਾ ਸਰਕਾਰਾਂ ਨੇ ਜੀ ਪਰ ਇੱਕ ਵੱਡੀ ਗੱਲ ਹੈ ਕਿ ਨੌਜਵਾਨਾ ਜਿਹੜੇ ਕਿ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਇੱਕ ਚੰਗਾ ਕੰਮ ਕਰ ਰਹੇ ਨੇਗੇ ਇੱਥੇ ਰਹਿ ਕੇ ਉਹ ਪਰਿਵਾਰ ਦਾ ਵੀ ਖਿਆਲ ਰੱਖਦੇ ਨੇ ਕਿਉਂਕਿ ਵਿਦੇਸ਼ਾਂ ਵੱਲ ਇੱਕ ਜਿਵੇਂ ਪਹਿਲਾਂ ਕਹਿ ਕੇ ਹਟਾ ਕਿ ਹੋੜ ਵਾਲਾ ਕੰਮ ਲੱਗਿਆ ਹੋਇਆਗਾ ਲੇਕਿਨ ਪਾਪਾ ਜੀ ਬਾਹਰ ਹੀ ਭੱਗਿਆ ਛੋਟੀ ਜ਼ਿੰਦਗੀ ਖਰਾਬ ਹੋ ਜੂਗੀ ਗਿਆਨੀ ਬਾਹਰ ਜਾਣ ਦੇ ਬਿਛੇ ਲਈ ਇੰਨੀ ਟੋਕਦੇ ਵੀ ਆ ਜਾ ਬਾਰੇ ਸੀ ਪੈਸੇ ਲੈਣ ਨੇ ਗਿਆਨੀ ਹੈਗਾ ਸਾਢੇ 5 ਕਿਨ ਗਿਆ ਆ ਸਾਡੇ ਉਹ ਸੇਰੋਤੀ ਖੇਤਾਂ ਚੋਂ ਬੰਦਾ ਜ਼ਮੀਨ ਵੇਚ ਕੇ ਬਗਾ ਤਿੰਨ ਕਿਲੇ ਉਹ ਲੜਕੀ ਕਹਿੰਦੀ ਮੈਂ ਤੇਰੇ ਨਾਲ ਬੈਹ ਕਰਾ ਲੂੰਗੀ ਵੀ ਮੈਨੂੰ ਤੂੰ ਬਾਹਰ ਮੈਨੂੰ ਭੇਜ ਦੇ ਪੈਸੇ ਲਾ ਕੇ ਮੈਂ ਤੈਨੂੰ ਸ਼ਾਦ ਲੂੰਗੀ ਉਹ ਫਿਰ ਦਿੱਤਾ ਹਾਂ ਮਰਦ ਨੂੰ ਕੀ ਕਰੂੰਗੇ ਤਿੰਨ ਕਿਲੇ ਵੇਗਿਆਰੇ ਕੋਈ ਸਾਰੇ ਕਿਲੇ ਸੀ ਨੇ ਇਹ ਵਧੀਆ ਮਤਲਬ ਜੇ 4-5 ਲੱਖ ਲਾ ਕੇ ਬਾਹਰ ਜਾ ਰਹੇ ਤਾਂ 4-5 ਲੱਖ ਲਾ ਕੇ ਆ ਪੋਰੇ ਕੰਮ ਸਿੱਖ ਕੇ ਆਪਣੇ ਪਰਿਵਾਰ ਚ ਰਹਿ ਕੇ ਜ਼ਿੰਦਗੀ ਵਧੀਆ ਗੁਜ਼ਾਰ ਸਕਦੇ ਆ ਜੀ ਜੇ ਬੰਦਾ ਕੰਮ ਕਰੂਗਾ ਆਪਣੇ ਉਰੀ ਕੈਨੇਡਾ ਹਾਂ ਜੇ ਕੰਮ ਕਰੀਏ ਪਰ ਆਪਣੇ ਲੋਕ ਕੰਮ ਨਹੀਂ ਕਰਦੇ ਇਹ ਚੱਕਰ ਤੇ ਹੈਗਾ ਮੈਂ ਦਰਦਾ ਵੀ ਦੇਣਾ ਮੈਂ ਕਿਉਂ ਕਾਜਗਾਲੇ ਕਰੇਂ ਕਰੇਂ ਸਿੱਟੀ ਜਾਂਦਾ ਤੂੰ ਹਾਂ ਠੀਕ ਨੇਪਾ ਕੋਈ ਨਾ ਤੈਨੂੰ ਕਾਹਾਂ ਪਤਾ ਲੱਗੂਗਾ ਹਾਂ ਉਹ ਤਾਂ ਮੈਨੂੰ ਪਤਾ ਹੈ ਪਤਾ ਹੀ ਮੈਨੂੰ ਅਸੀਂ ਅਨਪੜ੍ਹ ਬੰਦੇ ਆਂ ਸ਼ਾਂਤ ਵੀ ਸਾਡਾ ਜਵਾਬ ਕਾਹ ਪਤਾ ਨਹੀਂ ਕਾਜਗਾਲੇ ਕਰੇਂ ਜਾਂਦਾ ਹਾਂ ਸਾਨੂੰ ਪਤਾ ਨਹੀਂ ਤੇ ਮਾਂ ਪਿਓ ਨੂੰ ਤਾਂ ਇਹੀ ਹੁੰਦਾ ਵੀ ਜਿਹੜਾ ਜਵਾਬ ਆਗਾ ਉਹ ਪੈਰਾਂ ਸਿਰ ਤੇ ਹੋਵੇ ਹਾਂ ਜੀ ਹਾਂ ਕੋਈ ਸੰਤ ਆਇਆ ਸੀ ਮੈਂ ਤਾਂ ਪੜ੍ਹਦੇ ਲਾਇਆ ਵੀ ਇਹ ਕਾਜਗਾਲੇ ਕਰੀ ਜਾਂਦਾ ਜੇ ਆਪਾਂ ਕਿਸੇ ਨੂੰ ਸਕੈਚ ਬਣਾ ਕੇ ਦਿੰਨੇ ਆ ਜੀ ਤੇ ਜੇ ਆਪਾਂ 1500 ਚਾਰਜ ਕਰਦੇ ਆ ਤਾਂ ਉਹ ਵੀ ਕੋਈ ਕੋਈ ਨਹੀਂ ਦਿੰਦਾ ਜੀ ਤੇ ਸਕੈਚ ਫ੍ਰੀ ਦੇ ਵਿੱਚ ਪਾਲਦੇ ਨੇ ਜੀ ਹਰ ਲੋਕ ਲੱਖ ਰੁਪਏ ਲਟਾਉਣ ਨੂੰ ਤਿਆਰ ਨੇ ਮਤਲਬ 1500 ਰੁਪਏ ਛੋਟੇ ਟੈਟੂ ਦੇ ਦਿੰਦੇ ਨੇ ਜੀ ਪਰ ਇੱਕ ਫੋਟੋ ਤੇ ਹਫਤਾ 15 20 ਦਿਨ ਲਾ ਕੇ ਜੀ ਉਹ ਤੇ ਉਹਨੇ ਪੈਸੇ ਨਹੀਂ ਮਿਲਦੇ ਜਿੰਨੇ ਇੱਕ ਟੈਟੂ ਤੇ ਮਿਲ ਜਾਂਦੇ ਨੇ ਜੀ ਪਰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਜੀ ਵੀ ਟੈਟੂ ਤੇ ਪਹਿਲਾਂ ਪੇਂਟਿੰਗ ਆ ਜੀ ਜੇ ਪੇਂਟਿੰਗ ਆਉਂਦੀ ਸੀ ਤਾਂ ਉਹ ਬੰਦਾ ਟੈਟੂ ਕਰ ਸਕਦਾ ਜੀ ਵੀ ਪੇਂਟਿੰਗ ਦੀ ਵੀ ਉਨੀ ਕਦਰ ਕਰੋ ਜਿੰਨੀ ਤੁਸੀਂ ਟੈਟੂ ਦੀ ਕਰਦੇ ਆ ਜੀ ਕਿੰਨਾ ਮਰਜੀ ਗਰੀਬ ਤੋਂ ਗਰੀਬ ਮਤਲਬ ਪਰਿਵਾਰ ਆਗਾ ਉਹ ਆਪਦੇ ਬੱਚੇ ਨੂੰ ਸਰਕਾਰੀ ਸਕੂਲ ਦੇ ਵਿੱਚ ਨਹੀਂ ਪੜਾਉਣਾ ਚਾਹੁੰਦਾ ਪਰ ਜਿਹੜੇ ਆਪਣਾ ਅਧਿਆਪਕ ਨੇਗੇ ਉਹ ਕਿੱਥੋਂ ਭਰਤੀ ਹੋਣਗੇ ਜੇ ਮੈਂ ਆਪਣੇ ਆਪ ਨੂੰ ਇੱਕ ਸਫਰ ਦੀ ਤਰ੍ਹਾਂ ਦੇਖਦਾ ਜੀ ਵੀ ਜਿਹੜਾ ਮੈਂ ਕੰਮ ਕਰ ਰਿਹਾ ਵੀ ਇੱਕ ਸਫਰ ਆ ਜੀ ਜ਼ਿੰਦਗੀ ਦਾ ਸਫਰ ਕਹ ਲਓ ਤੇ ਕਲਾ ਦਾ ਮੁਸਾਫਰ ਕਹਿ ਲੋ ਜੀ ਕਿਉਂਕਿ ਮੈਂ ਪੇਂਟਿੰਗ ਕਰਦਾ ਜੀ ਆਪਾਂ ਮਹੀਨਾ ਲੱਗੇ ਜੀ 2 ਮਹੀਨੇ ਲੱਗੇ ਹਨ ਜੀ ਇਹ ਪੇਂਟਿੰਗ ਆਜ਼ਾਦੀ ਪਾਲਦੀ ਹੈ ਜ ਹਮੇਸ਼ਾ ਵੀ ਆਜ਼ਾਦ ਰਹਿ ਕੇ ਕੰਮ ਕਰਨਾ ਚਾਹੁੰਦਾ ਹੈ ਚਿੱਤਰਕਾਰ ਨੂੰ ਤੇ ਨੌਕਰੀ ਦੇ ਵਿੱਚ ਕੀ ਹੈ ਜੀ ਬੰਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ ਹੁਣ ਮੈਂ ਸਾਰੀ ਦਿਨ ਕਿੱਡੇ ਮੇਰੇ ਇੰਨੀ ਗਰੀਬੀ ਕੱਟੇ ਮੈਂ 8 ਦਿਨੋਂ ਭੁੱਖਾ ਵੀ ਰਹਿ ਖਾਂ ਮੈਂ ਪਰ ਗਰੀਬੀ ਨਾਲ ਜਬਾਕ ਪਾਲਲੇ ਮੈਂ ਜਬਾਕ ਕਮਾਤੇ ਲੜੇ ਦੋਨੇ ਕੁੜੀਆ ਕੁੜੀ ਬੈਲੀ ਸਸਿਕਾਲ ਜੀ ਮੈਂ ਗੁਰਸੇਵਕ ਸਿੰਘ ਤੁਸੀਂ ਜੁੜਿਓ ਸਰਲੇਖ ਦੇ ਨਾਲ ਅਕਸਰ ਤੁਸੀਂ ਸਰਲੇਖ ਦੇ ਜਰੀਏ ਬਹੁਤ ਸਾਰੀਆਂ ਵੀਡੀਓ ਦੇਖੀਆਂ ਲਗੀਆਂ ਉਹਨਾਂ ਨੌਜਵਾਨਾਂ ਦੀਆਂ ਵੀਡੀਓ ਦੇਖੀਆਂ ਲਗੀਆਂ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਇੱਕ ਚੰਗਾ ਨਾਮ ਕੁਮਾਰ ਇਹ ਨੇ ਚੰਗਾ ਕਹ ਲਈਏ ਕਿ ਜਿਹਦੀ ਆਪਾਂ ਨੂੰ ਲੋੜ ਆ ਗਈ ਖਾਸ ਕਰਕੇ ਚੰਗੀ ਕਮਾਈ ਕਰਦੇ ਨੇਗੇ ਤੇ ਉਸੇ ਤਰ੍ਹਾਂ ਹੀ ਅੱਜ ਪਹੁੰਚੇ ਆਂਗੇ ਪਿੰਡ ਸ਼ੇਰੋਂ ਦੇ ਵਿੱਚ ਜਿੱਥੇ ਕਿ ਮੁਸਾਫਿਰ ਟੈਟੂ ਸਟੂਡੀਓ ਆ ਨੌਜਵਾਨ ਹੈ ਪਿੰਡ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਇੱਕ ਟੈਟੂ ਆਰਟਿਸਟ ਦਾ ਕੰਮ ਕਰ ਰਿਹਾ ਹੈਗਾ ਤੇ ਕਰਦਿਆਂ ਗੱਲਬਾਤ ਬਈ ਸਵਾਗਤ ਹੈ ਤੁਹਾਡਾ ਸਰਲੇਖ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਪਹਿਲਾਂ ਦਾ ਨਾਮ ਦੱਸੋ ਆਪਣਾ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਜਿੰਦਰਪੈ ਸਿੰਘ ਆ ਜੀ ਤੇ ਮੈਂ ਪਿੰਡ ਸ਼ੇਰੋਂ ਦੇ ਵਿੱਚ ਰਹਿੰਦਾ ਜੀ ਜੀ ਤੇ ਡਿਸਟ੍ਰਿਕਟ ਸੰਗਰੂਰ ਜੀ ਜਿਹੜਾ ਅਸੀਂ ਪੜ ਰਹੇ ਸੀਗੇ ਜਦੋਂ ਆਏ ਆਂਗੇ ਮੁਸਾਫਿਰ ਉਹਦਾ ਕੀ ਕਾਰਨ ਹੈ ਕਾਰਨ ਇਹ ਆ ਜੀ ਜਿੱਦਾਂ ਬੰਦਾ ਹਰ ਇੱਕ ਕੋਈ ਸਫਰ ਕਰਦਾ ਜੀ ਕਿਸੇ ਕੋਈ ਗਾਇਕੀ ਦਾ ਸਫਰ ਲਾ ਲੋ ਜੀ ਕੋਈ ਮਤਲਬ ਕਲਾ ਦਾ ਸਫਰ ਲਾ ਲੋ ਜੀ ਜਿੱਦਾਂ ਮੈਂ ਹੁਣ ਆਪਣੀ ਕਲਾ ਦਾ ਸਫਰ ਕਰ ਰਿਹਾ ਜੀ ਤੇ ਮੈਂ ਆਪਣੇ ਆਪ ਨੂੰ ਇੱਕ ਮੁਸਾਫਰ ਦੀ ਤਰ੍ਹਾਂ ਦੇਖਦਾ ਜੀ ਵੀ ਜਿਹੜਾ ਮੈਂ ਕੰਮ ਕਰ ਰਿਹਾ ਵੀ ਇੱਕ ਸਫਰ ਆ ਜੀ ਜਿੰਦਗੀ ਦਾ ਸਫਰ ਕਹਿ ਲਓ ਤੇ ਕਲਾ ਦਾ ਮੁਸਾਫਰ ਕਹਿ ਲਓ ਜੀ ਮੈਂ ਤਾਂ ਕਰਕੇ ਜੀ ਇੱਕ ਯੂਨਿਕ ਜਨਾਮ ਰੱਖਿਆ ਟੈਟੂ ਸਟੂਡੀਓ ਦਾ ਜੀ ਜੀ ਨਿਰਪੱਖ ਪੰਜਾਬ ਦੇ ਵਿੱਚ ਹੋੜ ਲੱਗੀ ਹੋਈ ਹੈ ਵਿਦੇਸ਼ਾਂ ਵਾਲਾ ਜਾਨਦੀ ਪਰ ਇੱਕ ਵੱਡੀ ਗੱਲ ਹੈ ਕਿ ਨੌਜਵਾਨਾ ਜਿਹੜੇ ਕਿ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਇੱਕ ਚੰਗਾ ਕੰਮ ਕਰ ਰਹੇ ਨੇਗੇ ਇੱਥੇ ਰਹਿ ਕੇ ਉਹ ਪਰਿਵਾਰ ਦਾ ਵੀ ਖਿਆਲ ਰੱਖਦੇ ਨੇ ਕਿਉਂਕਿ ਵਿਦੇਸ਼ਾਂ ਵਾਲਾ ਇੱਕ ਜਿਵੇਂ ਪਹਿਲਾਂ ਕਹਿ ਗਿਆ ਕਿ ਟਾਕ ਹੋੜ ਵਾਲਾ ਕੰਮ ਲੱਗਿਆ ਹੋਇਆਗਾ ਤੁਸੀਂ ਵਿਦੇਸ਼ ਵਾਲੇ ਪਾਸੇ ਕਿਉਂ ਨਹੀਂ ਗਏ ਕਿ ਜਿਹੜਾ ਤੁਹਾਡਾ ਇਹ ਟੈਟੂ ਆਰਟਿਸਟ ਵਾਲਾ ਕੰਮ ਆ ਇਹ ਤੁਹਾਡਾ ਸ਼ੌਂਕ ਸੀ ਜਾਂ ਬੇਰੁਜ਼ਗਾਰੀ ਨੂੰ ਦੇਖਦਿਆਂ ਹੋਇਆਂ ਜਾਂ ਕਿ ਲਈਏ ਕਿ ਬਚਪਨ ਤੋਂ ਹੀ ਦਿਮਾਗ ਦੇ ਵਿੱਚ ਆਪਣੀ ਇੱਕ ਇਮੇਜ ਬਣ ਜਾਂਦੀ ਹੈਗੀ ਇਹੀ ਸ਼ੌਂਕ ਮੈਨੂੰ ਬਚਪਨ ਤੋਂ ਸੀਗਾ ਜੀ ਸਕੂਲ ਟਾਈਮ ਜਦੋਂ ਪੜਦਾ ਸੀਗਾ ਜੀ ਜਿਵੇਂ ਹੁਣ ਸਾਰੇ ਬੱਚੇ ਕੋਈ ਨਾ ਕੋਈ ਪੇਂਟਿੰਗ ਕਰਦਾ ਕੋਈ ਮਿਊਜ਼ਿਕ ਗਾਉਂ ਸਿੰਗਿੰਗ ਕਰਦਾ ਜੀ ਤਾਂ ਉਹਨਾਂ ਬੱਚਿਆਂ ਨੂੰ ਦੇਖ ਕੇ ਮੇਰੇ ਮਨ ਦੇ ਅੰਦਰ ਵੀ ਇੱਕ ਮਤਲਬ ਕਲਾ ਜਾਗਦੀ ਸੀ ਮੈਂ ਵੀ ਕੁਝ ਨਾ ਕੁਝ ਕਰਾਂ ਜੀ ਤੇ ਮੈਂ ਮਿੱਟੀ ਦੇ ਛੋਟੇ ਛੋਟੇ ਖਣੌੜੇ ਬਣਾਉਂਦਾ ਜੀ ਤੇ ਕੋਈ ਅਖਬਾਰਾਂ 'ਚ ਚੀਜ਼ ਵਗੈਰਾ ਛਪੀ ਹੁੰਦੀ ਤੇ ਮੈਨੂੰ ਕਾਪੀ ਕਰਦਾ ਜੀ ਅੱਛਾ ਤੇ ਫਿਰ ਅੱਗੇ ਮੈਂ ਟੀਚਰਾਂ ਨੂੰ ਦਿਖਾਉਂਦਾ ਜੀ ਤੇ ਉਸ ਤੋਂ ਬਾਅਦ ਟੀਚਰ ਮੇਰਾ ਹੌਸਲਾ ਵਧਾਉਂਦੇ ਸੀ ਤੇ ਆਪਣੇ ਮਾਵਾ-ਬਾਪ ਨੂੰ ਦਿਖਾਉਂਦਾ ਇਹ ਮੇਰਾ ਹੌਸਲਾ ਬਣਾਉਂਦੀ ਤਾਂ ਮੈਂ ਅੱਗੇ ਤੇ ਅੱਗੇ ਇਹ ਸ਼ੌਂਕ ਪੈਦਾ ਕਰਦਾ ਗਿਆ ਜੀ ਤੇ ਕਿਤੇ ਵੀ ਜਾਂਦਾ ਜੀ ਮੈਂ ਪੇਂਟਿੰਗ ਦੇਖਦਾ ਪੇਂਟਿੰਗ ਬਾਰੇ ਸੋਚਦਾ ਜੀ ਤੇ ਰਾਤ ਨੂੰ ਪੇਂਟਿੰਗ ਕਰਦਾ ਜੀ ਮਤਲਬ ਰਾਤ ਨੂੰ 12 1 ਵਜੇ ਤੱਕ 3 4 ਵਜੇ ਤੱਕ ਸਵੇਰੇ ਹੋ ਜਾਂਦੀ ਸੀ ਸਵੇਰ ਹੋ ਜਾਂਦੀ ਸੀ ਦਿਨ ਰਾਤ ਮੈਂ ਪੇਂਟਿੰਗ ਕਰਦਾ ਸੀ ਜੀ ਤੇ ਉਹ ਪੇਂਟਿੰਗ ਦਾ ਜਿਹੜਾ ਸ਼ੌਂਕ ਸੀ ਮੈਨੂੰ ਮਤਲਬ ਅੱਗੇ ਦੇ ਅੱਗੇ ਵੱਧਦਾ ਗਿਆ ਜੀ ਤੇ ਹੁਣ ਮਤਲਬ ਪੇਂਟਿੰਗ ਦਾ ਸ਼ੌਂਕ ਹੀ ਟੈਟੂ ਦਾ ਸ਼ੌਂਕ ਚ ਆ ਗਿਆ ਜੀ ਪਹਿਲਾਂ ਪਹਿਲਾਂ ਪੇਂਟਿੰਗ ਕਰਦੇ ਸੀ ਉਦੋਂ ਬਾਅਦ ਟੈਟੂ ਵਾਲੇ ਪਾਸੇ ਆਇਆ ਹਾਂ ਹਾਂ ਜੀ ਉਦੋਂ ਮੈਂ ਟੈਟੂ ਵਾਲੇ ਪਾਸੇ ਆਇਆ ਜੀ ਇਹਦਾ ਕੀ ਕਾਰਨ ਸੀ ਕਾਰਨ ਇਹ ਸੀਗਾ ਜੀ ਜਿੱਦਾਂ ਪੇਂਟਿੰਗ ਦੇ ਵਿੱਚ ਕੀ ਹੈ ਜੀ ਕੋਈ ਮਤਲਬ ਇਨਕਮ ਜ਼ਿਆਦਾ ਘੱਟ ਹੈ ਜੀ ਤੇ ਜੇ ਆਪਾਂ ਕਿਸੇ ਨੂੰ ਸਕੈਚ ਬਣਾ ਕੇ ਦਿੰਨੇ ਆ ਜੀ ਤੇ ਜੇ ਆਪਾਂ 1500 ਚਾਰਜ ਕਰਦੇ ਆਂ ਤਾਂ ਉਹ ਵੀ ਕੋਈ ਕੋਈ ਨਹੀਂ ਦਿੰਦਾ ਜੀ ਤੇ ਸਕੈਚ ਫ੍ਰੀ ਦੇ ਵਿੱਚ ਪਾਲਦੇ ਨੇ ਜੀ ਤੇ ਜੇ ਏਸੀ ਹੁਨਰ ਨੂੰ ਆਪਾਂ ਟੈਟੂ ਦੇ ਵਿੱਚ ਕਰਦੇ ਆਂ ਜੀ ਤਾਂ ਲੋਕ ਲੱਖ ਰੁਪਏ ਲਟਾਉਣ ਨੂੰ ਤਿਆਰ ਨਹੀਂ ਜੀ ਮਤਲਬ 1500 ਰੁਪਏ ਛੋਟੇ ਟੈਟੂ ਆ ਦੇ ਦਿੰਦੇ ਨੇ ਜੀ ਪਰ ਇੱਕ ਫੋਟੋ ਤੇ ਹਫਤਾ 15-20 ਦਿਨ ਲਾ ਕੇ ਉਹ ਤੇ ਉਹਨੇ ਪੈਸੇ ਨਹੀਂ ਮਿਲਦੇ ਜੀ ਜਿੰਨੇ ਇੱਕ ਟੈਟੂ ਦੇ ਮਿਲ ਜਾਂਦੇ ਨੇ ਜੀ ਟੈਟੂ ਸਾਈਜ਼ ਦੇ ਹਿਸਾਬ ਨਾਲ ਪੈਸੇ ਹੁੰਦੇ ਨੇ ਜਾਂ ਖੇ ਲਈ ਇੱਕ ਡਿਜ਼ਾਈਨ ਦੇ ਹਿਸਾਬ ਨਾਲ ਹੁੰਦੇ ਨੇ ਸਾਈਜ਼ ਦੇ ਹਿਸਾਬ ਨਾਲ ਵੀ ਹੁੰਦੇ ਨੇ ਜੀ ਤੇ ਡਿਜ਼ਾਈਨ ਦੇ ਹਿਸਾਬ ਨਾਲ ਵੀ ਹੁੰਦੇ ਨੇ ਜੀ ਜੇ ਆਪਾਂ ਛੋਟਾ ਜਿਹਾ ਟੈਟੂ ਕਰਦੇ ਆਂ ਜੀ ਬਾਕੀ ਉਹ ਆਰਟਿਸਟ ਤੇ ਡਿਪੈਂਡ ਕਰਦਾ ਜੀ ਜੇ ਹੁਣ ਅਗਲਾ ਵਧੀਆ ਟੈਟੂ ਸਟੂਡੀਓ ਚੁਣੂਗਾ ਜੀ ਤਾਂ ਉੱਥੇ ਥੋੜਾ ਜਿਹਾ ਕਾਸਟਲੀ ਜ਼ਿਆਦਾ ਹੋ ਜਾਂਦੇ ਜੀ ਜੇ ਜਿੱਦਾਂ ਆਪਾਂ ਪਿੰਡ 'ਚ ਰਹਿੰਨੇ ਆਂ ਤਾਂ ਆਪਾਂ ਥੋੜਾ ਜਿਹਾ ਚਾਰਜ ਘੱਟ ਰ ਜੇ ਆਪਾਂ ਇਹੀ ਟੈਟੂ ਸਟੂਡੀਓ ਸ਼ਹਿਰ 'ਚ ਕਰਾਂਗੇ ਤਾਂ ਥੋੜਾ ਜਿਹਾ ਆਪਾਂ ਕੋਸਟ ਜ਼ਿਆਦਾ ਵਧਾ ਦੇਾਂਗੇ ਜੀ ਪਰ ਉਹ ਵੈਸੇ ਡਿਜ਼ਾਈਨ ਦੇ ਹਿਸਾਬ ਨਾਲ ਵੀ ਹੁੰਦਾ ਜੀ ਤੇ ਸਾਈਜ਼ ਅਕੋਰਡਿੰਗ ਵੀ ਹੁੰਦਾ ਜੀ ਜਿਵੇਂ ਮੈਂ ਪਹਿਲਾਂ ਗੱਲ કરી ਸੀਗੀ ਕਿ ਇੱਕ ਨੌਜਵਾਨ ਆ ਜਿਹੜਾ ਪਿੰਡ ਦੇ ਵਿੱਚ ਰਹਿ ਕੇ ਕੰਮ ਕਰ ਰਿਹਾਗਾ ਤੁਸੀਂ ਕਿਹਾ ਕਿ ਜਿਵੇਂ ਜੇ ਸ਼ਹਿਰ 'ਚ ਜਾਵਾਂ ਤਾਂ ਇਹੀ ਟੈਟੂਆਂ ਦੀ ਜਿਹੜੀ ਆ ਉਹ ਥੋੜੇ ਕੋਸਟਲੀ ਹੋ ਜਾਣਗੇ ਹੋਰ ਤਾਂ ਤੁਸੀਂ ਨਹੀਂ ਸੋਚਿਆ ਵੀ ਇਹੀ ਜਿਹੜੀ ਦੁਕਾਨਾਂ ਗਈ ਜਾ ਕੇ ਅਸੀਂ ਸ਼ਹਿਰ ਦੇ ਵਿੱਚ ਕਰੀਏ ਜਾਂ ਹੋਰ ਹੋਰ ਪੈਸੇ ਅਸੀਂ ਕਮਾ ਸਕਦੇ ਹਾਂ ਸ਼ਹਿਰ ਚ ਹੌਲੀ ਹੌਲੀ ਕਰਾਂਗੇ ਕਿਉਂਕਿ ਜੀ ਸ਼ਹਿਰ ਚ ਕਰਨ ਲਈ ਆਪਾਂ ਨੂੰ ਪਹਿਲਾਂ 2-3 ਲੱਖ ਰੁਪਏ ਐਡਵਾਂਸ ਚਾਹੀਦੇ ਜੀ ਤਾਂ ਕਿ ਆਪਾਂ ਉੱਥੇ ਸਟੂਡੀਓ ਨੂੰ ਪਹਿਲਾਂ ਤਿਆਰ ਕਰੀਂ ਪ੍ਰੋਪਰ ਪਰ ਹਜੇ ਕੰਡੀਸ਼ਨ ਥੋੜੀ ਠੀਕ ਠਾਕ ਜੀ ਮਤਲਬ ਪਹਿਲਾਂ ਘਰ ਵਗੈਰਾ ਪਾਇ ਜੀ ਕੰਮਕਾਰ ਸਿੱਖਿਆ ਜੀ ਤੇ ਤਾਂ ਕਰਕੇ ਹਜੇ ਥੋੜਾ ਜਿਹਾ ਨਮ ਨਮ ਕੰਮ ਸੀ ਆਪਣਾ ਜੀ ਤੇ ਹੌਲੀ ਹੌਲੀ 1-2 ਸਾਲਾਂ ਚ ਆਪਾਂ ਸ਼ਹਿਰ ਵੱਲ ਜ਼ਰੂਰ ਜਾਵਾਂਗੇ ਜੀ ਕਿਉਂਕਿ ਦੇਖਦੇ ਆਂ ਆਪਾਂ ਵੱਡੇ ਵੱਡੀਆਂ ਜਿਹੜੀਆਂ ਦੁਕਾਨਾਂ ਨੇਗੀਆਂ ਜਾਂਤਰੋ ਸ਼ਹਿਰਾ ਸ਼ਹਿਰਾਂ ਦੇ ਵਿੱਚ ਹੀ ਆ ਇਹ ਇੱਕ ਪਹਿਲੀ ਦੁਕਾਨ ਆਸੀਂ ਮੈਂ ਆਪਣੀ ਮਤਲਬ ਵੀ ਉਮਰ ਦੇ ਵਿੱਚ ਦੇਖਦੇ ਆਂਗਾ ਕਿ ਇੱਕ ਆਰਟਿਸਟ ਜਕਾਨ ਪਿੰਡ ਦੇ ਵਿੱਚ ਆ ਹਾਂ ਜੀ ਪਿੰਡ ਤੇ ਪਹਿਲਾਂ ਤਾਂ ਹੀ ਪੇਂਟਿੰਗ ਕਰਦਾ ਸੀ ਉਦੋਂ ਥੋੜਾ ਵਧੀਆ ਨਾਮ ਬਣਿਆ ਹੋਇਆ ਸੀ ਜੀ ਹਾਲੀਵੁੱਡ ਟੈਟੂ ਸਿੱਖਿਆ ਜੀ ਤੇ ਸ਼ੁਰੂਆਤੀ ਤੌਰ ਤੇ ਕੋਈ ਵੀ ਆਰਟਿਸਟ ਆ ਜਿਉਂ ਕਰੋ ਉਹੀ ਟੈਟੂ ਸਟੂਡੀਓ ਸਟਾਰਟ ਕਰਦਾ ਜੀ ਤੇ ਹੌਲੀ-ਹੌਲੀ ਮੈਨੂੰ ਵੀ ਇੱਛਾ ਸੀ ਮੈਂ 2-3 ਸਾਲ ਵਧੀਆ ਪਿੰਡ ਚ ਰਹਿ ਕੇ ਕੰਮ ਕਰਾਂ ਜੀ ਕਿ ਜਦੋਂ ਪੈਸੇ ਆਪਣੇ ਕੋਲੇ ਵਧੀਆ ਹੋ ਗਏ ਜੀ ਆਪਾਂ ਸ਼ਹਿਰ ਚ ਜ਼ਰੂਰ ਕਰਾਂਗੇ ਜੀ ਤੇ ਬਾਕੀ ਹੌਲੀ ਕੋਸ਼ਿਸ਼ ਆ ਵੀ ਆਪਾਂ ਸ਼ਹਿਰ ਵੱਲ ਕਰੀ ਕੋਸ਼ਿਸ਼ ਜਾਰੀ ਹੈ ਆਪਣੀ ਇਹ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆਂਗੇ ਕਈ ਵਾਰ ਕੀ ਹੁੰਦਾ ਕਿ ਮਾਂ ਪਿਓ ਨੂੰ ਕੰਮ ਉਹ ਨਹੀਂ ਪਸੰਦ ਹੁੰਦਾ ਬੱਚਿਆਂ ਨੂੰ ਉਹ ਕੰਮ ਪਸੰਦ ਹੁੰਦਾ ਪਰ ਬੱਚੇ ਫੇਰ ਵੀ ਉਹ ਜਿੱਦ ਦੇ ਨਾਲ ਉਸ ਕੰਮ ਵਾਲੇ ਪਾਸੇ ਨੂੰ ਹੀ ਵਧਦੇ ਨੇ ਜੋ ਤੁਸੀਂ ਇਹ ਲਾਈਨ ਦੇ ਵਿੱਚ ਆਇਓ ਟੈਟੂ ਆਰਟਿਸਟ ਵਾਲੇ ਪਾਸੇ ਜਾਂ ਉਦੋਂ ਪਹਿਲਾਂ ਪੇਂਟਿੰਗ ਵਾਲੇ ਪਾਸੇ ਆਇਓ ਤਾਂ ਘਰਦਿਆਂ ਦਾ ਕੀ ਰਿਐਕਸ਼ਨ ਸੀ ਘਰਦਿਆਂ ਰਿਐਕਸ਼ਨ ਵੈਸੇ ਠੀਕ ਸੀ ਮਤਲਬ ਇਹਨਾਂ ਨੂੰ ਹਜੇ ਟੈਟੂ ਬਾਰੇ ਇਹਨਾਂ ਪਤਾ ਨਹੀਂ ਗਿਆ ਸੀ ਤੇ ਟੈਟੂ ਜਦੋਂ ਮਤਲਬ ਕਰਦੇ ਆ ਨੂੰ ਇਹ ਹੁੰਦਾ ਵੀ ਪੈਸਾ ਕਮਾਵੇ ਬੱਚਾ ਜੀ ਉਹ ਬੇਸ਼ੱਕ ਕੋਈ ਵੀ ਕੰਮ ਕਰੇ ਪ ਚੰਗਾ ਹੋਵੇ ਜੀ ਕੰਮ ਪੇਂਟਿੰਗ ਕਰਦਾ ਸੀਗਾ ਜੀ ਉਹ ਥੋੜਾ ਜਿਆਦਾ ਗਾਲਾਂ ਪੈਂਦੀ ਸੀ ਵੀ ਕੋਈ ਫਾਇਦਾ ਨਹੀਂ ਲੋਕ ਪੇਂਟਿੰਗ ਬਣਾ ਕੇ ਲੈ ਜਾਂਦੇ ਪੈਸੇ ਦਿੰਦੇ ਨੇ ਜੀ ਪਰ ਟੈਟੂ ਕਰਦੇ ਜੀ ਨਾਲੇ ਘਰੇ ਤਾਂ ਘਰੇ ਆ ਜੀ ਤੇ ਥੋੜਾ ਵਧੀਆ ਖਰਚਾ ਪਾਣੀ ਚੱਲਦਾ ਜੀ ਤੇ ਥੋੜਾ ਹੁਣ ਕਰਦੇ ਵੀ ਖੁਸ਼ ਨਹੀਂ ਜੀ ਮਤਲਬ ਰਿਐਕਸ਼ਨ ਇਹ ਸੀਗਾ ਜੀ ਇਹਨਾਂ ਨੂੰ ਇਸ ਕੰਮ ਬਾਰੇ ਪਤਾ ਨਹੀਂ ਹੈਗਾ ਸੀ ਜੀ ਤੇ ਹੁਣ ਵੀ ਕੰਮ ਕਰਦੇ ਜੀ ਹਜੇ ਵੀ ਕੋਈ ਇਤਨਾ ਬਹੁਤਾ ਪਤਾ ਨਹੀਂ ਹੈਗਾ ਜੀ ਮਤਲਬ ਬਸ ਇੱਕ ਇਦਾਂ ਸੁਣਦੇ ਵੀ ਹਾਂ ਮੁੰਡਾ ਟੈਟੂ ਕਰਦਾ ਜੀ ਪਰ ਐਵੇਂ ਨਹੀਂ ਪਤਾ ਕਿ ਉਹ ਟੈਟੂ ਕਰਦਾ ਕਿਵੇਂ ਆ ਜੀ ਤੇ ਮ ਕਰਦੇ ਨਾ ਖਰਚਾ ਵਧੀਆ ਚੱਲ ਰਿਹਾ ਜੀ ਤਾਂ ਕਰਕੇ ਉਹ ਵਧੀਆ ਹੀ ਕਹਿੰਦੇ ਨੇ ਜੀ ਆ ਗਾਲਾਂ ਗੁਲਾ ਹੋ ਜਾਂਦੀਆਂ ਨੇ ਵਿੱਚ ਗਾਲਾਂ ਵੀ ਪੈਂਦੀ ਨੇ ਹੁਣ ਜਦ ਕਈ ਵਾਰ ਦਿਨ ਰਾਤ ਕਰੀਏ ਨੇ ਜੀ ਕਰਦੇ ਮੇਂ ਟਾਈਮ ਨਹੀਂ ਦਿੰਦੇ ਜੀ ਫਿਰ ਵਿੱਚ ਦੀ ਗਾਲਾਂ ਵੀ ਪੈਂਦੀ ਨੇ ਜੀ ਜਿਵੇਂ ਪਹਿਲਾਂ ਮੈਂ ਗੱਲ ਕਰੀ ਆ ਗਈ ਕਿ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਜਾ ਰਹੇ ਨੇਗੇ ਤੁਸੀਂ ਨਹੀਂ ਸੋਚਿਆ ਸੀਗਾ ਵਿਦੇਸ਼ਾਂ ਵਾਂਗਲੇ ਆ ਜੀ ਜੇ ਆਪਣੇ ਕੋਲ ਕੋਈ ਟੈਲੈਂਟ ਹੈਗਾ ਹੁਨਰ ਹੈਗਾ ਜੀ ਤਾਂ ਆਪਾਂ ਆਪਣੇ ਘਰ ਦੇ ਵਿੱਚ ਰਹਿ ਕੇ ਹੀ ਕੰਮ ਮਤਲਬ ਪਰਿਵਾਰ ਦੇ ਵਿੱਚ ਰਹਾਂਗੇ ਜੀ ਤੇ ਕੰਮ ਕਰ ਵਧੀਆ ਕਰਾਂਗੇ ਆਪਣੀ ਫੈਮਿਲੀ ਦੇ ਵਿੱਚ ਰਹਿ ਕੇ ਉਹਨਾਂ ਨਾਲ ਕੰਮ ਕਰਾਵਾਂਗੇ ਜਦੋਂ ਆਪਾਂ 4-5 ਰੁਪਏ ਲੱਖ ਰੁਪਏ ਲਾ ਕੇ ਕੋਈ 15 ਲੱਖ ਲਾਉਂਦੇ ਜੀ ਕੋਈ 4-5 ਲੱਖ ਲਾਉਂਦੇ ਜੀ ਤੇ ਬਾਹਰ ਜਾਂਦੇ ਜੀ ਜੇ ਓਨੀ ਪੈਸੇ ਲਾ ਕੇ ਆਪਾਂ ਇਹੀ ਬਿਜ਼ਨਸ ਆਪਣੇ ਪਿੰਡ 'ਚ ਸ਼ੁਰੂ ਕਰੀਏ ਜਾਂ ਸ਼ਹਿਰ 'ਚ ਸ਼ੁਰੂ ਕਰੀਏ ਤਾਂ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਗਈ ਜੀ ਤੇ ਬਾਕੀ ਜਿਵੇਂ ਉਹ ਨਸ਼ਿਆਂ ਦੇ ਵਿੱਚ ਨੌਜਵਾਨ ਫਸਰੇ ਨੇ ਜੀ ਤੇ ਬਾਕੀ ਬੇਰੁਜ਼ਗਾਰੀ ਹੋ ਗਈ ਜੀ ਜੇ ਆਪਣੇ ਕੋਲ ਕੋਈ ਛੋਟਾ ਜਿਹਾ ਵੀ ਹੁਨਰ ਹੈਗਾ ਜੀ ਆਪਾਂ ਮਿਹਨਤ ਕਰਕੇ ਹੋਰ ਅੱਗੇ ਆ ਸਕਦੇ ਵੀ ਜ਼ਰੂਰੀ ਨਹੀਂ ਹੈਗਾ ਵੀ ਇੰਨੇ ਪੈਸੇ ਲਾ ਕੇ ਆਪਾਂ ਬਾਹਰ ਚਾਈਏ ਜੀ ਮਾਂ ਪਿਓ ਕਹਿੰਦਾ ਸੀ ਜੀ ਬਾਹਰ ਚੱਲ ਜਾ ਜਾ ਨਹੀਂ ਮਾਪੇ ਆਪਣੇ ਤਾਂ ਨਹੀਂ ਵੈਸੇ ਕਿਹਾ ਵੀ ਬਾਹਰ ਚਲੇ ਜਾਓ ਜੀ ਪਰ ਇੱਛਾ ਕਦੇ-ਕਦੇ ਹੁੰਦੀ ਵੀ ਬਾਹਰ ਕਰੀ ਜੀ ਪਰ ਫੈਮਿਲੀ ਨੂੰ ਦੇਖੀ ਤਾਂ ਆਪਾਂ ਜਾ ਨਹੀਂ ਸਕਦੀ ਕਿਉਂਕਿ ਮੇਰੇ ਜਿਹੜੇ ਤਾਇਆ ਨੇ ਉਹ ਅਪਸੈਟ ਨੇ ਦਿਮਾਗੀ ਤੌਰ ਤੇ ਤੇ ਐਵੇਂ ਆਈ ਮੈਂ ਸੋਚਣਾ ਵੀ ਬਾਹਰ ਇਹਨੇ ਪੈਸੇ ਲਾ ਕੇ ਜਾਵਾਂਗੇ ਜੀ ਤੇ ਬੇਸ਼ੱਕ ਘੱਟ ਬਣਨ ਨਾਲ ਪੈਸੇ ਜੀ ਪਰ ਆਪਾਂ ਆਪਣੇ ਪਰਿਵਾਰ ਚ ਰਹਿ ਕੇ ਖੁਸ਼ ਆਈਏ ਕਿਉਂਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਜਾ ਰਹੇ ਨੇਗੇ ਉੱਥੇ ਬਹੁਤਾ ਗਿਣਤੀ ਦੇ ਵਿੱਚ ਇਹ ਵੀ ਹੈਗਾ ਕਿ ਉੱਥੋਂ ਵਾਪਸ ਵੀ ਆ ਰਹੇ ਨੇਗੇ ਵਾਪਸ ਇਹ ਕੰਮ ਨਹੀਂ ਉੱਧਰ ਮਿਲਦਾ ਜੀ ਕਿਰਾਂ ਦਾ ਆਪਾਂ ਮਤਲਬ ਫੋਟੋਆਂ ਦੇਖ ਕੇ ਚਲੇ ਜਾਂਦੇ ਆ ਵੀ ਸ਼ਾਇਦ ਉੱਧਰ ਵਧੀਆ ਹੋਊ ਕੰਮਕਾਰ ਜੀ ਪਰ ਜਦੋਂ ਉੱਥੇ ਕੰਮ ਨਹੀਂ ਮਿਲਦੇ ਬੇਰੁਜ਼ਗਾਰੀ ਹੁੰਦੀ ਫੇਰ ਆਪਾਂ ਨੂੰ ਨਿਰਾਸ਼ਾ ਦਾ ਮੂੰਹ ਲੈ ਕੇ ਵਾਪਸ ਮੁੜਨਾ ਪੈਂਦਾ ਜੀ ਜੇ ਆਪਣੇ ਕੋਲ ਕੋਈ ਟੈਲੈਂਟ ਹੈਗਾ ਜੀ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਜੀ ਤੇ ਆਪਾਂ ਉਸੇ ਟੈਲੈਂਟ ਨੂੰ ਅੱਗੇ ਲਿਆ ਕੇ ਵਧੀਆ ਪੈਸਾ ਕਮਾ ਸਕਦੇ ਆ ਜੀ ਤੇ ਆਪਾਂ ਆਪਦਾ ਬਿਜ਼ਨਸ ਵਧੀਆ ਸਟਾਰਟ ਕਰ ਸਕਦੇ ਅੱਗੇ ਬੱਚਿਆਂ ਨੂੰ ਸਿਖਾ ਸਕਦੇ ਨੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਆਪ ਸਿੱਖ ਕੇ ਜੀ ਉੱਥੇ ਤੱਕ ਸੀਮਤ ਰਹੀ ਹੈ ਜੀ ਜੇ ਆਪਣੇ ਕੋਲ ਟੈਲੈਂਟ ਹੈਗਾ ਆਪਾਂ ਸਟੂਡੈਂਟ ਨੂੰ ਸਿਖਾਵੋ ਅੱਗੇ ਉਹਨਾਂ ਦਾ ਫੀਸ ਪੇ ਕਰੋ ਜੀ ਤੇ ਆਪਣਾ ਖਰਚਾ ਆਰਾਮ ਨਾਲ ਵਧੀ ਚੱਲੂਗਾ ਜੀ ਬਾਕੀ ਉਹ ਆਪਣੇ ਸੋਚ ਤੇ ਡਿਪੈਂਡ ਕਰਦਾ ਜੀ ਤੇ ਜੇ ਆਪਾਂ ਵਧੀਆ ਕੰਮ ਕਰ ਰਹੇ ਹਾਂ ਤਾਂ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਮੇਰੇ ਹਿਸਾਬ ਨਾਲ ਤਾਂ ਜੀ ਬਹੁਤੇ ਨੌਜਵਾਨ ਕੀ ਆ ਕਿ ਇੱਥੇ ਉਹ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਛੱਡਾਂਗੇ 4-5 ਲੱਖ ਰੁਪਇਆ ਜਿਹੜਾ ਲਾ ਕੇ ਉਹ ਬਾਹਰ ਜਾਂਦੇ ਨੇਗੇ ਜਾਂ ਵਰਕ ਵੀਜ਼ੇ ਤੇ ਜਾਂਦੇ ਨੇ ਬਰਕ ਵੇਸਤੇ ਜਾਂਦੇ ਨੇ ਜੇ ਗੱਲ ਕਰੀਏ ਆਪਾਂ ਕੈਨੇਡਾ ਅਮਰੀਕਾ ਦੀ ਉਸ ਤੇ ਲੱਖਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੈਸਾ ਲੱਗਦਾ ਹੈ ਤੇ ਜੇ ਉਹ ਇੱਥੇ ਕੰਮ ਸ਼ੁਰੂ ਕਰਨਾ ਚਾਹੁੰਦੇ ਨੇਗੇ ਕੋਈ ਕਿਸ ਤਰ੍ਹਾਂ ਜੇ ਮੰਨ ਲੀ ਆਪਾਂ ਟੈਟੂ ਆਰਟਿਸਟ ਦਾ ਹੀ ਸੋਚ ਗਏ ਵੀ ਇੱਥੇ ਕਰਨਾ ਚਾਹੁੰਦੇ ਨੇ ਕਿੰਨੇ ਕੇ ਪੈਸੇ ਲੱਗਦੇ ਨੇ ਇਹ ਤੇ ਸ਼ੁਰੂ ਕਰਨ ਦੇ ਵਿੱਚ ਸਿੱਖਣ ਦੇ ਵਿੱਚ ਜੀ 2.5 ਲੱਖ ਫੀਸ ਹੁੰਦੀ ਹੈ ਜੀ ਨਾਰਮਲ ਜੀ ਬਾਕੀ ਉਹ ਆਰਟਿਸਟ ਤੇ ਡਿਪੈਂਡ ਕਰਦਾ ਜੀ ਕੋਈ ਘੱਟ ਵੀ ਪੇ ਕਰਦਾ ਕੋਈ ਵੱਧ ਵੀ ਪੇ ਕਰਦਾ ਜੀ ਜੇ ਬੰਦਾ ਡ੍ਰਿੰਗ ਵਗੈਰਾ ਵਧੀਆ ਜਾਣਦਾ ਜੀ ਤਾਂ 4 ਕਮੰਥ ਦਾ ਕੋਰਸ ਹੁੰਦਾ ਜੀ ਕੋਈ 6 ਦਾ ਵੀ ਕਰਵਾਉਂਦਾ ਕੋਈ 4 ਦਾ ਕਰਵਾਉਂਦਾ ਜੀ 1.5 ਤੋਂ 2 ਲੱਖ ਰੁਪਏ ਲਾ ਕੇ ਕੋਰਸ ਸਿੱਖ ਕੇ ਜੀ ਤੇ ਉਸ ਤੋਂ ਬਾਅਦ ਆਪਣਾ ਸਟਾਰਟ ਕਰ ਸਕਦਾ ਜੀ ਤੇ ਸਮਾਨ ਅੱਗੇ ਕੋਈ ਮਹਿੰਗਾ ਹੁੰਦਾ ਕੋਈ ਸਸਤਾ ਹੁੰਦਾ ਜੀ ਉਹ ਆਪਣੇ ਤੇ ਡਿਪੈਂਡ ਕਰਦਾ ਆਪਣੇ ਸਮਾਨ ਕਿਦਾਂ ਦਾ ਵਰਤਨ ਹੈ ਜੀ ਤੇ ਵਧੀਆ ਮੰਨ ਲਓ ਜੇ 4-5 ਲੱਖ ਲਾ ਕੇ ਬਾਹਰੇ ਜਾ ਰਹੇ ਤੇ 4-5 ਲੱਖ ਲਾ ਕੇ ਜੀ ਆ ਪੂਰੇ ਕੰਮ ਸਿੱਖ ਕੇ ਆਪਣੇ ਪਰਿਵਾਰ ਚ ਰਹਿ ਕੇ ਜ਼ਿੰਦਗੀ ਵਧੀਆ ਗੁਜ਼ਾਰ ਸਕਦੇ ਆ ਜੀ ਪੇਂਟਿੰਗ ਦਾ ਕੰਮ ਕਰਦੇ ਸੀ ਜਦੋਂ ਤਾਂ ਉਦੋਂ ਬਾਹਰ ਵੀ ਜਾਂਦੇ ਸੀ ਜਾਂ ਇੱਥੇ ਸਕੈਚ ਬਣਾਉਂਦੇ ਹੁੰਦੇ ਸੀਗੇ ਮੈਂ ਇਹ ਕੰਪੀਟੀਸ਼ਨ ਤੇ ਵੀ ਜਾਂਦਾ ਸੀ ਤੇ ਪਿੰਡਾਂ ਚ ਆ ਪੇਂਟਿੰਗ ਕਰਨਾ ਜੀ ਜਾ ਕਿਤੇ ਕੋਈ ਆਰਡਰ ਵਰਕ ਆਉਂਦਾ ਸੀ ਜੀ ਸੈੱਟ ਵਗੈਰਾ ਲਿਖਣਾ ਹੋਵੇ ਟਰਾਲੀ ਲਿਖਣੀ ਜੀ ਸਕੈਚ ਵਗੈਰਾ ਤੇ ਘਰੇ ਲੈ ਬਾਕੀ ਬਣਦਾ ਜੀ ਕੋਈ ਆਰਡਰ ਤੇ ਕੰਮ ਆਉਂਦਾ ਜੀ ਤੇ ਬਾਹਰ ਮੈਂ ਜਾਣਾ ਰਹਿਣਾ ਜਿਵੇਂ ਸੰਗਰੂਰ ਉਸ ਨਾਮ ਜਿਹੜੇ ਨੇ ਨਜ਼ਦੀਕ ਨੇ ਸ਼ਹਿਰ ਜੀ ਜਿੱਥੋਂ ਕਿ ਆਪਾਂ ਨੂੰ ਠੀਕ ਲੱਗਦਾ ਵੀ ਆਪਾਂ ਆਪਣੇ ਕਿਰਾਏ ਲਾ ਕੇ ਪੈਸੇ ਬਚਾ ਸਕਦੇ ਹਾਂ ਜੀ ਤੇ ਬਹੁਤ ਹੀ ਦੂਰ ਤਾਂ ਮੈਂ ਜਾਂਦਾ ਨਹੀਂ ਜੀ ਜੇ ਬਹੁਤ ਹੀ ਦੂਰ ਜਾਣਾ ਹੀ ਫਿਰ ਉੱਥੋਂ ਥੋੜੇ ਚਾਰਜ ਵਧ ਕਰਨੇ ਪੈਂਦੇ ਨੇ ਜੀ ਤਾਂ ਕਰਕੇ ਠੀਕ ਠਾਕ ਚੱਲਦਾ ਵਧੀਆ ਜ ਇਹ ਪਹਿਲਾਂ ਗੱਲ ਕਰਕੇ ਹਟੇ ਹੋਗੇ ਤੁਸੀਂ ਵੀ ਜਦੋਂ ਲੋਕ ਪੇਂਟਿੰਗ ਬਣਵਾਉਂਦੇ ਨੇਗੇ ਤਾਂ ਉਹ ਪੈਸੇ ਦੇਣ ਲੱਗੇ ਹਿਚਕਾਉਂਦੇ ਨੇਗੇ ਟੈਟੂ ਵਾਲੇ ਪਾਸੇ ਭਾਵੇਂ ਦੋ ਅੱਖਰ ਹੀ ਲਿਖਣੇ ਹੁਣ ਹੱਸ ਕੇ ਅਗਲਾ 1000 ਰੁਪਏ ਦੇ ਦਿੰਦਾ ਭਾਵੇਂ 2000 ਦਾ ਭਾਵੇਂ 3000 ਦਾ ਦੋ ਅੱਖਰਾਂ ਦਾ ਕਾਰਨ ਇਹ ਜੀ ਜਿਹੜਾ ਟੈਟੂ ਆ ਜੀ ਮਤਲਬ ਇੱਕ ਤਾਂ ਇਹ ਪਰਮਾਨੈਂਟ 골ਡ ਹੁੰਦਾ ਜੀ ਤੇ ਜਿਹੜੇ ਚੀਜ਼ ਨੂੰ ਸਮਝਦੇ ਆ ਜੀ ਜਿਹੜੀ ਹੁਣ ਸਕੈਚ ਆ ਜੀ ਇਹ ਮਤਲਬ ਕਾਫੀ ਟਾਈਮ ਦੇ ਵਿੱਚ ਬਣਦਾ ਜੀ ਹਫਤੇ ਤੋਂ ਹਫਤੇ ਮਹੀਨਾ ਵੀ ਲੱਗ ਜਾਂਦਾ ਜੀ ਇਹ ਬੰਦੇ ਦੀ ਭਾਵਨਾਵਾਂ ਹੁੰਦੀ ਨੇ ਜੀ ਇਹਦੇ ਵਿੱਚ ਹੌਲੀ ਹੌਲੀ ਬੰਦਾ ਜਿੱਦਾਂ ਸਾਈਡ ਆ ਤਾਂ ਸ਼ਾਇਦ ਹੋ ਸਕਦਾ ਪੇਂਟਿੰਗ ਸਾਈਡ ਬਣ ਜਾਈ ਜੇ ਬੰਦਾ ਖੁਸ਼ ਆ ਹੋ ਸਕਦਾ ਪੇਂਟਿੰਗ ਖੁਸ਼ੀ ਬਣ ਜਾਈ ਤੇ ਇਹਦੇ ਵਿੱਚ ਭਾਵਨਾਵਾਂ ਹੁੰਦੀਆਂ ਨੇ ਜੀ ਤੇ ਬਾਕੀ ਲੋਕ ਉਹ ਚੀਜ਼ ਨੂੰ ਸਮਝਦੇ ਨਹੀਂ ਗਏ ਉਹਨਾਂ ਨੂੰ ਐ ਹੁੰਦਾ ਵੀ ਸ਼ਾਇਦ ਇਹ ਤੇ ਪੈਨਸਲਾਂ ਹੀ ਲੱਗੀਆਂ ਨੇ ਜੀ ਪਰ ਐਵੇਂ ਨਹੀਂ ਦੇਖਦੀ ਵੀ ਇੰਨਾ ਟਾਈਮ ਬੰਦੇ ਨੇ ਸਪੈਂਡ ਕੀਤਾ ਤੇ ਉੱਪਰ ਜੀ ਵੀ ਉਹਨੂੰ ਕੀਮਤ ਦੇਈਏ ਜੀ ਪਰ ਟੈਟੂ ਦੇ ਵਿੱਚ ਬੰਦਾ ਲੱਖ ਰੁਪਿਆ ਦੇ ਦਿੰਦਾ ਜੀ ਪਰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਜੀ ਵੀ ਟੈਟੂ ਤੋਂ ਪਹਿਲਾਂ ਪੇਂਟਿੰਗ ਆ ਜੀ ਜੇ ਪੇਂਟਿੰਗ ਆਉਂਦੀ ਸੀ ਤਾਂ ਬੰਦਾ ਟੈਟੂ ਕਰ ਸਕਦਾ ਜੀ ਵੀ ਪੇਂਟਿੰਗ ਦੀ ਵੀ ਉਨੀ ਕਦਰ ਕਰੋ ਜਿੰਨੀ ਤੁਸੀਂ ਟੈਟੂ ਦੀ ਕਰਦੇ ਆ ਜੀ ਵੀ ਟੈਟੂ ਦੇ ਪੇਂਟਿੰਗ ਦੇ ਪੈਸੇ ਵੀ ਵਧੀਆ ਪੇ ਕਰੋ ਜੀ ਨਾ ਕਿ ਜਿਹੜੇ ਹੁਣ ਛੋਟੇ ਬੱਚੇ ਸਕੈਚ ਕਰਦੇ ਨੇ ਜੀ ਉਹਨਾਂ ਨੂੰ ਵੀ ਸ਼ੌਂਕ ਹੁੰਦਾ ਵੀ ਸ਼ਾਇਦ ਉਹ ਅਸੀਂ ਪੈਸੇ ਕਮਾਈ ਜੀ ਜਦੋਂ ਕੋਈ ਪੈਸੇ ਦਿੰਦਾ ਨਹੀਂ ਫਿਰ ਉਹ ਨਿਰਾਸ਼ਤਾ ਵੱਲ ਜਾ ਕੇ ਜੀ ਪੇਂਟਿੰਗ ਛੱਡ ਦਿੰਦੇ ਨੇ ਜੀ ਤੇ ਅੱਗੇ ਉਹਨਾਂ ਦੇ ਸਮੇਂ 'ਚ ਹੁਣ ਹਰ ਇੱਕ ਬੰਦਾ ਸੋਚਦਾ ਵੀ ਟੈਟੂ ਕਰੀ ਜੀ ਪੇਂਟਿੰਗ ਵੱਲ ਕੋਈ ਪੈਸੇ ਨਹੀਂ ਦਿੰਦਾ ਜੀ ਛੋਟੇ ਬੱਚੇ ਜਿਹੜਾ ਸਿੱਖਦੇ ਨੇ ਉਹ ਨਿਰਾਸ਼ਤਾ ਵੱਲੋਂ ਛੱਡ ਦਿੰਦੇ ਨੇ ਪੇਂਟਿੰਗ ਜਨਰਲ ਸਕੈਚ ਦੇ ਪੈ ਸ਼ਾਇਦ ਹੋ ਸਕਦਾ ਉਹ ਵੀ ਪੇਂਟਿੰਗ ਟੈਟੂ ਦੇ ਵਿੱਚ ਵਧੀਆ ਕੰਮ ਕਰ ਸਕਣੀ ਹੈ ਕਿਤੇ ਨਾ ਕਿਤੇ ਇਹ ਵੀ ਇੱਕ ਕਾਰਨ ਲੱਗਦਾਗਾ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇਗੇ ਵਿਦੇਸ਼ਾਂ ਵੱਲ ਜਾ ਰਹੇ ਨੇਗੇ ਕਿ ਜਿਹੜੀ ਮਿਹਨਤ ਦਾ ਮੁੱਲ ਲੱਗਾ ਕਹਿੰਦੇ ਨੇ ਉਹ ਉੱਥੇ ਪੈਂਦਾ ਪਰ ਇੱਥੇ ਨਹੀਂ ਪੈਂਦਾ ਹਾਂ ਜੀ ਉੱਥੇ ਮੁੱਲ ਪੈਂਦਾ ਜੀ ਕਿਉਂਕਿ ਉਹ ਉੱਥੇ ਮਤਲਬ ਲਾ ਲਓ ਤੁਸੀਂ ਹਰ ਇੱਕ ਕੰਮ ਦਾ ਮੁੱਲ ਪੈਂਦਾ ਜੀ ਪੇਂਟਿੰਗ ਦਾ ਲਾ ਲਓ ਤੇ ਬਾਕੀ ਸ਼ਾਇਦ ਉਧਰ ਲੋਕ ਪੜੇ ਲਿਖੇ ਹੋਣ ਜਿਆਦਾ ਜੀ ਇਸ ਕਰਕੇ ਵੀ ਮੁੱਲ ਪੈਂਦਾ ਜੀ ਤੇ ਬਾਕੀ ਆਪਣੇ ਆਮ ਲੋਕਾਂ ਨੂੰ ਇੱਥੇ ਇਸ ਚੀਜ਼ ਬਾਰੇ ਪਤਾ ਨਹੀਂ ਹੈਗਾ ਜੀ ਕਿਉਂਕਿ ਵੈਸੇ ਇੱਥੇ ਬਤਾ ਦੇਖੋ ਸਰਕਾਰਾਂ ਦਾ ਦੋਸ਼ ਆ ਮੈਂ ਤਾਂ ਜੀ ਜੇ ਸਰਕਾਰਾਂ ਮਿਊਜ਼ੀਅਮ ਖੋਲਣ ਸਕੂਲਾਂ ਦੇ ਵਿੱਚ ਟੀਚਰ ਭਰਤੀ ਕਰਨੇ ਜੀ ਡਰਾਇੰਗ ਦੇ ਹੁਣ ਜਦ ਜ਼ਿਆਦਾਤਰ ਸਕੂਲਾਂ ਚ ਟੀਚਰ ਨਹੀਂ ਗਾ ਡਰਾਇੰਗ ਟੀਚਰ ਜੀ ਤੇ ਫਿਜ਼ੀਕਲ ਆ ਟੀਚਰ ਡਰਾਇੰਗ ਕਰਾਈ ਜਾਂਦਾ ਜੀ ਸਾਇੰਸ ਦਾ ਟੀਚਰ ਡਰਾਇੰਗ ਕਰਾਈ ਜਾਂਦਾ ਜੀ ਮਤਲਬ ਐਦਾਂ ਡਰਾਇੰਗ ਦੇ ਵਿਸ਼ੇ ਨੂੰ ਮਜ਼ਾਕ ਜਿਹਾ ਬਣਾ ਕੇ ਰੱਖਤਾ ਜੀ ਜਿਹੜੀ ਡਰਾਇੰਗ ਨੇ ਮਤਲਬ ਲੱਖਾਂ ਜਵੱਖਾਂ ਦਾ ਫਿਊਚਰ ਬਣਾਉਣਾ ਸੀ ਜੀ ਉਹਨਾਂ ਨੂੰ ਮਜ਼ਾਕ ਬਣਾਤਾ ਸਰਕਾਰਾਂ ਨੇ ਜੀ ਤੇ ਜੇ ਹੁਣ ਹਰ ਇੱਕ ਸਕੂਲ ਦੇ ਵਿੱਚ ਡਰਾਇੰਗ ਟੀਚਰ ਰੱਖੇ ਜਾਣ ਜੀ ਤੇ ਪਿੰਡਾਂ ਚ ਸ਼ਹਿਰਾਂ ਚ ਮਿਊਜ਼ੀ ਵੀ ਵਿਰਾਸਤ ਨੂੰ ਸੰਭਾਲ ਸਕਣ ਜਿਹੜੇ ਆਪਣੀ ਪੁਰਾਣੀ ਪ੍ਰਾਤਨ ਕਲਾ ਜੀ ਪੇਂਟਿੰਗ ਨਾਲੋਂ ਕਿਸੇ ਵੀ ਫੀਲਡ ਦੀ ਕਲਾ ਜੀ ਵੀ ਉਹਨਾਂ ਦਾ ਜਿਹੜਾ ਟੈਲੈਂਟ ਆ ਲੋਕਾਂ ਦਾ ਸੰਭਾਲ ਕੇ ਰੱਖਿਆ ਜਾ ਬੱਚਿਆਂ ਨੂੰ ਦਿਖਾਇਆ ਜਾਵੇ ਜੀ ਤੇ ਸਕੂਲਾਂ ਚ ਡਰਿੰਗ ਟੀਚਰ ਰੱਖੇ ਜਾਣ ਜੀ ਤਾਂ ਕਰ ਕਿਹੜੇ ਬੱਚੇ ਨੇ ਜੋ ਵਧੀਆ ਲੈਵਲ ਤੇ ਕੰਮ ਕਰ ਸਕਣ ਜੀ ਤੇ ਆਉਣ ਵਾਲੇ ਸਮੇਂ ਚ ਫਿਊਚਰ ਉਹਨਾਂ ਦਾ ਵਧੀਆ ਬਣੇ ਜੀ ਆਰਟ ਦੇ ਵਾਲੀ ਕਿਤਨਾ ਕਿਤੇ ਇਸ चीज ਨੂੰ ਲੱਗਦਾ ਨਹੀਂ ਆ ਕਿ ਅਸੀਂ ਆਪ ਵੀ ਜ਼ਿੰਮੇਵਾਰ ਹਾਂ ਕਿਉਂਕਿ ਸਰਕਾਰਾਂ ਨੇ ਸਰਕਾਰਾਂ ਵੀ ਆਮ ਲੋਕ ਚੁਣਦੇ ਨੇਗੇ ਜਿਹੜੇ ਆਮ ਲੋਕ ਨੇਗੇ ਕੋਈ ਵੀ ਕਿੰਨਾ ਮਰਜੀ ਗਰੀਬ ਤੋਂ ਗਰੀਬ ਮਤਲਬ ਪਰਿਵਾਰ ਆਗਾ ਉਹ ਆਪਦੇ ਬੱਚੇ ਨੂੰ ਸਰਕਾਰੀ ਸਕੂਲ ਦੇ ਵਿੱਚ ਨਹੀਂ ਪੜਾਉਣਾ ਚਾਹੁੰਦਾ ਪਰ ਜਿਹੜੇ ਆਪਣਾ ਅਧਿਆਪਕ ਨੇਗੇ ਉਹ ਕਿੱਥੋਂ ਭਰਤੀ ਹੋਣਗੇ ਹਾਂ ਜੀ ਇਹ ਵੀ ਗੱਲ ਠੀਕ ਹੈ ਤੁਹਾਡੀ ਮਤਲਬ ਹਰ ਇੱਕ ਬੱਚਾ ਮਾਪਾ ਪੇਚਾਉਂਦਾ ਵੀ ਸਾਡਾ ਬੱਚਾ ਪ੍ਰਾਈਵੇਟ ਚ ਲੱਗੇ ਪਰ ਜੇ ਦੇਖਿਆ ਜਾਵੇ ਜੀ ਜੇ ਟੀਚਰ ਵਧੀਆ ਹੁੰਦੇ ਨੇ ਉਹ ਸਰਕਾਰੀ ਸਕੂਲਾਂ ਚ ਹੁੰਦੇ ਨੇ ਜੀ ਕਿਉਂਕਿ ਉਹ ਮਤਲਬ ਸਰਕਾਰੀ ਟੈਸਟ ਪਾਸ ਕਰਕੇ ਹੁੰਦੇ ਨੇ ਜੀ ਜਿਹੜੇ ਪ੍ਰਾਈਵੇਟ ਚ ਹੁੰਦੇ ਨੇ ਜੀ ਕੋਈ ਬੀਏ ਪੜਿਆ ਹੁੰਦਾ ਕੋਈ ਪਲੱਸ 2 ਪਾਸ ਹੁੰਦਾ ਜੀ ਤੋ ਬੈਟਰ ਤਾਂ ਦੇਖੋ ਇਹੀ ਆ ਵੀ ਸਰਕਾਰੀ ਸਕੂਲ ਚ ਪੜਾਏ ਜਾਣ ਬੱਚੇ ਜੀ ਤੇ ਬਾਕੀ ਹੁਣ ਸਰਕਾਰਾਂ ਦੋਸ ਇਹੀ ਆ ਵੀ ਟੀਚਰ ਵਧੇ ਪਰਤੀ ਕਰਨਗੇ ਤਾਂ ਹੀ ਬੱਚੇ ਵੀ ਵਧੇ ਲੱਗਣਗੇ ਜੇ ਟੀਚਰ ਨਹੀਂ ਹੈਗਾ ਤਾਂ ਸਕੂਲਾਂ ਦੇ ਵਿੱਚ ਵੀ ਬੱਚੇ ਵੀ ਨਹੀਂ ਲੱਗ ਸਕਦੇ। ਖੇਤੀਬਾੜੀ ਵਿਸ਼ਾ ਹੈਗਾ ਉਹ ਵੀ ਵਾਧੂ ਵਿਸ਼ਾ ਬਣਾ ਰੱਖਿਆ ਹੈਗਾ ਡਰਾਇੰਗ ਆ ਉਹ ਵੀ ਵਾਧੂ ਵਿਸ਼ਾ ਬਣਾ ਰੱਖਿਆ ਹੈਗਾ ਜਦ ਕਿ ਇਹ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਤਾਂ ਕੰਮ ਆਉਣ ਵਾਲੀਆਂ ਚੀਜ਼ਾਂ ਤਾਂ ਇਹੀ ਨਹੀਂਆਂ ਜਾਂ ਤਾਂ ਜਿਹੜੇ ਲਈ ਆ ਵੀ ਖੇਤੀਬਾੜੀ हां जी ਜਿਹੜੇ ਕਿਤੇ ਆਪਣੇ ਪੰਜਾਬੀ ਲੋਕਾਂ ਨਾਲ ਜੁੜੇ ਹੋਏ ਨੇ ਜੀ ਉਹ ਕਿਤੇ ਪੜਾਉਣੇ ਚਾਹੀਦੇ ਸਕੂਲਾਂ 'ਚ ਜੀ ਹੁਣ ਡਰਾਇੰਗ ਦਾ ਕਿੱਤਾ ਵਧੀਆ ਕਿੱਤਾ ਜੀ ਆਰਟ ਦੇ ਮਤਲਬ ਆ ਤੁਸੀਂ ਆ ਲਾ ਲਓ ਜੀ ਹਰ ਇੱਕ ਚੀਜ਼ ਆਰਟ ਦੇ ਵਿੱਚੋਂ ਪੈਦਾ ਹੁੰਦੀ ਹੈ ਜੀ ਜੇ ਆਪਾਂ ਕੋਈ ਵੀ ਚੀਜ਼ ਦੇਖਦੇ ਆ ਕੋਈ ਬਰਤਨ ਲਾ ਲਓ ਕੋਈ ਕੰਪਿਊਟਰ ਲਾ ਲਓ ਜੀ ਉਹ ਪਹਿਲਾਂ ਆਰਟ ਦੇ ਵਿੱਚ ਡਿਜ਼ਾਈਨ ਹੁੰਦਾ ਜੀ ਤੇ ਫਿਰ ਅੱਗੇ ਕ੍ਰੀਏਟ ਹੋ ਕੇ ਦੁਬਾਰਾ ਕਿਸੇ ਮੈਟਲ ਦੇ ਵਿੱਚ ਲਾ ਲਓ ਕਾਸੀ ਵੀ ਚੀਜ਼ ਦੇ ਵਿੱਚ ਪੈਦਾ ਹੁੰਦਾ ਜੀ ਵੀ ਸਭ ਤੋਂ ਪਹਿਲਾਂ ਡਰਾਇੰਗ ਦਾ ਵਿਸ਼ਾ ਜੀ ਤੇ ਇਹਨੂੰ ਬਚਾਇਆ ਜਾ ਬਿਜਾਣਾ ਚਾਹੀਦਾ ਜੀ ਤੇ ਜੇ ਨਾ ਬਚਾਈ ਹੌਲੀ ਹੌਲੀ ਆਰਟ ਦਾ ਖੇਤਰ ਖਤਮ ਹੋ ਸਕਦਾ ਜੀ ਕੀ ਕਹਿਣਾ ਚਾਹੋਣੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਵਿਦੇਸ਼ਾਂ ਵੱਲ ਜਾ ਰਹੇ ਨੇ ਜਾ ਕੇ ਲਈਏ ਕਿ ਕੋਈ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕੰਮ ਜਿਹੜਾ ਆਪਣਾ ਪੇਟ ਭਰਦਾਗਾ ਉਹ ਕੰਮ ਕਦੇ ਵੀ ਛੋਟਾ ਹੋਈ ਨਹੀਂ ਸਕਦਾਗਾ ਪਰ ਫੇਰ ਵੀ ਉਹ ਪੰਜਾਬ ਦੇ ਵਿੱਚ ਰਹਿ ਕੇ ਕਹਿੰਦੇ ਨੇ ਅਸੀਂ ਬੇਰੁਜ਼ਗਾਰਾਂਗੇ ਸਰਕਾਰੀ ਨੌਕਰੀ ਮਿਲ ਗਈ ਤਾਂ ਉਹ ਰੁਜ਼ਗਾਰ ਆ ਪ੍ਰਾਈਵੇਟ ਨੂੰ ਰੁਜ਼ਗਾਰ ਹੀ ਨਹੀਂ ਸਮਝਦੇ ਦੇਖੋ ਜੀ ਮੈਂ ਤਾਂ ਬੰਦੀ ਸੈਟੀਸਫੈਕਸ਼ਨ ਆ ਜੀ ਜੇ ਬੰਦਾ ਦਿਹਾੜੀ ਕਰਕੇ ਵੀ ਖੁਸ਼ ਆ ਤਾਂ ਸ਼ਾਇਦ ਉਹ ਖੁਸ਼ੀ ਜ਼ਿੰਦਗੀ ਭਤੀਤ ਕਰ ਸਕਦਾ ਜੀ ਤੇ ਹੁਣ ਬੰਦੇ ਆਪ ਲੱਖਾਂ ਕਰੋੜਾ ਕਮਾ ਲੈ ਤਾਂ ਵੀ ਨਹੀਂ ਖੁਸ਼ੀ ਮਿਲਦੀ ਜੀ ਤੇ ਜਿੱਦ ਆਪਾਂ ਬੇਰਜ਼ਗਾਰ ਦੀ ਗੱਲ ਕਰਦੇ ਆਂ ਜੇ ਆਪਣੇ ਕੋਲ ਵਧੀਆ ਹੁਨਰ ਹੈਗਾ ਜੀ ਤਾਂ ਆਪਾਂ ਨੂੰ ਅੱਗੇ ਆਪ ਲੈਣਾ ਪੈਣਾ ਜੀ ਵੀ ਇਹ ਨਹੀਂ ਹੈਗਾ ਜੀ ਕੋਈ ਕਹੂਗਾ ਵੀ ਹਾਂ ਤੂੰ ਪਿੰਟਿੰਗ ਕਰਦੇ ਮੈਂ ਤੈਨੂੰ ਅੱਗੇ ਲੈ ਕੇ ਜਾਊਂਗਾ ਜਿੰਨਾ ਟਾਈਮ ਆਪਾਂ ਆਪਣੇ ਅੱਗੇ ਆਉਂਦੀ ਯੂਨ ਟਾਈਮ ਕੋਈ ਕੁਝ ਨਹੀਂ ਕਰ ਸਕਦਾ ਜੀ ਤੇ ਮੈਂ ਪਤਾ ਹੀ ਚਾਹੁੰਦਾ ਵੀ ਜੇ ਕੋਈ ਆਪਣੇ ਅੰਦਰ ਹੁਨਰ ਅੰਦਰ ਹੈਗਾ ਜੀ ਤਾਂ ਲੋਕਾਂ ਕੇ ਪਰੋਸੋ ਜੀ ਕਿਉਂਕਿ ਅੱਜ ਦੇ ਟਾਈਮ ਮੀਡੀਆ ਦਾ ਜੋਗਾ ਜੀ ਕੋਈ ਵੀ ਚੀਜ਼ ਰੁਕ ਹੀ ਨਹੀਂ ਰਹਿ ਸਕਦੀ ਜੀ ਆਪਾਂ ਸਾਰਿਆਂ ਨੂੰ ਦਿਖਾ ਸਕਦੇ ਆ ਜੀ ਦੇਖੋ ਅੱਜ ਦੇ ਟਾਈਮ ਚ ਮੁੱਲ ਆਪਣਾ ਖੁਦ ਪਾਉਣਾ ਪੈਣਾ ਜੀ ਕੋਈ ਨਹੀਂ ਪਵਾ ਸਕਦਾ ਮੁੱਲ ਜੀ ਜੇ ਮੁੱਲ ਪਾਉਣਾ ਹੀ ਤਾਂ ਵਧੀਆ ਟਾਈਮ ਨਾਲ ਰੀਜ਼ ਲਾ ਕੇ ਕੰਮ ਕਰੋ ਜੀ ਤਾਂ ਆਪਣੇ ਆ ਮੁੱਲ ਪਊਗਾ ਜੀ ਪੇਂਟਿੰਗਾਂ ਜੀ ਤੁਹਾਨੂੰ ਲੱਗਦਾਗਾ ਤੁਸੀਂ ਸੈਟੀਸਫਾਈ ਹੋ ਹਾਂ ਜੀ ਮੁੱਲ ਪੈ ਗਿਆ ਤੁਹਾਡੀ ਇਸ ਮਤਲਬੀ ਹਨਰ ਦਾ ਹਾਂ ਜੀ ਮੁੱਲ ਪੈ ਗਿਆ ਜੀ ਕਿਉਂਕਿ ਬੱਕੀ ਵਧੀਆ ਪੇਂਟਿੰਗ ਦੇ ਵਿੱਚ ਠੀਕ ਚੱਲਦਾ ਹੀ ਕੰਮ ਕਰ ਆਪਾਂ ਐਵੇਂ ਵੀ ਨਹੀਂ ਕਹਿੰਦੇ ਵੀ ਬੜਾ ਵਧੀਆ ਜੀ ਮਤਲਬ ਖੁਸ਼ ਆਈ ਆਪਾਂ ਆਪਣੇ ਕੰਮ ਦੇ ਵਿੱਚ ਪਿੰਡ ਦੇ ਵਿੱਚ ਵਧੀਆ ਸਕੂਨ ਮਿਲਦਾ ਜੀ ਟਾਈਮ ਨਾਲ ਸਾਰਾ ਕੁਝ ਵਧੀਆ ਹੋ ਗਿਆ ਜੀ ਤੇ ਪਹਿਲਾਂ ਨਾਲੋਂ ਕਾਫੀ ਬਿਹਤਰ ਲਾਈਫ ਆਈ ਜੀ ਜਿਵੇਂ ਬੇਰੋਜ਼ਗਾਰੀ ਦੀ ਗੱਲ ਕਰਕੇ ਹਟਿਆਂਗੇ ਬਹੁਤੇ ਨੌਜਵਾਨ ਸਰਕਾਰੀ ਨੌਕਰੀ ਦੀ ਆਸ ਦੇ ਵਿੱਚ ਓਵਰੇਜ ਹੋ ਰਹੇ ਨੇਗੇ ਤੁਸੀਂ ਕਦੇ ਇਹ ਸੋਚਿਆ ਸਰਕਾਰੀ ਨੌਕਰੀ ਵਾਲੇ ਪਾਸੇ ਜਾਂ ਡਰਾਇੰਗ ਟੀਚਰ ਵਾਲੇ ਪਾਸੇ ਜਦੋਂ ਇਸ ਕਿੱਤੇ ਦੇ ਵਿੱਚ ਪਾਏ ਹੋਗੇ ਮੈਂ ਪਹਿਲਾਂ ਸੋਚਿਆ ਸੀ ਵੀ ਸ਼ਾਇਦ ਆਪਾਂ ਡਰੈਗ ਟੀਚਰ ਵੱਲੇ ਜਾਵਾਂਗੇ ਪਰ ਹੌਲੀ-ਹੌਲੀ ਮਤਲਬ ਆਜ਼ਾਦ ਰਹਿ ਕੇ ਕੰਮ ਕਰਨ ਦੀ ਇੱਛਾ ਸੀ ਮੇਰੀ ਜੀ ਮੈਂ ਯਾਦ ਤਰ ਕੰਪੀਟੀਸ਼ਨ ਦੇ ਵਿੱਚ ਵੀ ਹਿੱਸਾ ਘਟ ਲੈਂਦਾ ਸੀ ਜੀ ਕਿਉਂਕਿ ਮੈਂ ਪੇਂਟਿੰਗ ਕਰਦਾ ਜੀ ਆਪਾਂ ਮਹੀਨਾ ਲੱਗੇ 2 ਮਹੀਨੇ ਲੱਗੇ ਹਨ ਜੀ ਇਹ ਪੇਂਟਿੰਗ ਆਜ਼ਾਦੀ ਭਾਲਦੀ ਹੈ ਹਮੇਸ਼ਾ ਵੀ ਆਜ਼ਾਦ ਰਹਿ ਕੇ ਕੰਮ ਕਰਨਾ ਚਾਹੁੰਦਾ ਹੈ ਚਿੱਤਰਕਾਰ ਨੂੰ ਤੇ ਨੌਕਰੀ ਦੇ ਵਿੱਚ ਕੀ ਹੈ ਜੀ ਬੰਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ ਤੇ ਜਿਹੜਾ ਟੈਟੂ ਬਿਜ਼ਨਸ ਹੈ ਇਹ ਲੱਖਾਂ ਕਰੋੜਾਂ ਚ ਚੱਲਦਾ ਜੀ ਤੇ ਆਪਾਂ ਸਰਕਾਰੀ ਨੌਕਰੀ ਨਾਲ ਵੀ ਅੱਗੇ ਜਾ ਸਕਦੇ ਜੀ ਤੇ ਉਹ ਆਪਣੇ ਦੇ ਡਿਪੈਂਡ ਕਰਦੇ ਆਪਾਂ ਕਿੰਨੀ ਸ਼ਿੱਦਤ ਨਾਲ ਮਿਹਨਤ ਕਰਦੇ ਆ ਜੀ ਤੇ ਜੇ ਸਰਕਾਰੀ ਨੌਕਰੀ ਦੇ ਵਿੱਚ ਬੰਦਾ ਚੱਲੇ 50000 100000 ਕਮਾਉਂਦਾ ਜੀ ਤਾਂ ਪਿੰਟ ਆਪਾਂ ਟਾਈਡੂ ਦੇ ਖੇਤਰ ਦੇ ਵਿੱਚ ਲੱਖਾਂ ਕਰੋੜਾ ਕਮਾ ਸਕਦੇ ਆ ਜੀ ਪਰ ਉਹ ਆਪਣੇ ਦੇ ਡਿਪੈਂਡ ਕਰਦੇ ਆਪਾਂ ਕਿਸ ਤਰੀਕੇ ਦੀ ਮਿਹਨਤ ਕਰਦੇ ਮਿਹਨਤ ਦੇਖੋ ਸਾਰੇ ਕਿ ਖੇਤਰ ਚ ਕਰਨੀ ਪੈਣੀ ਤੇ ਉਹ ਹੁਣ ਆਪਣੇ ਦੇ ਡਿਪੈਂਡ ਆਪੇ ਗੁਲਾਮ ਰਹਿ ਕੇ ਕੰਮ ਕਰਨਾ ਜੀ ਇੱਕ ਆਜ਼ਾਦ ਹੋ ਕੇ ਕੰਮ ਕਰਨਾ ਜੀ ਆਪਣੇ ਨਾਲ ਨਰਪੈ ਸਿੰਘ ਦੇ ਬਾਪੂ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਾਪੂ ਜੀ ਪਹਿਲਾਂ ਨਾਮ ਦੱਸੋ ਆਪਣਾ ਪੁਹਲੇ ਸਿੰਘ ਆ ਜੀ ਪੋਲਾ ਸਿੰਘ ਹਾਂਜੀ ਜਦੋਂ ਨਰਪੈ ਇਸ ਕਿਤੇ ਨਾਲ ਜੁੜਿਆਗਾ ਹਾਂਜੀ ਉਦੋਂ ਕੀ ਲੱਗਦਾ ਸੀਗਾ ਉਦੋਂ ਨਹੀਂ ਮਤਲਬ ਇਹ ਚੀਜ਼ਾਂ ਆਈਆਂ ਦਿਮਾਗ 'ਚ ਆਈਆਂ ਵੀ ਕਿਹੜੇ ਕਰਮਾਂ 'ਚ ਪੈ ਗਿਆ ਇਹ ਨਾ ਜੋ ਤਾਂ ਭ੍ਰਮੰਦਤੀਆ ਅੱਛਾ ਹਾਂ ਵੀ ਕਿਉਂ ਮੈਂ ਦਰਦਾ ਵੀ ਦੇਣਾ ਮੈਂ ਕਿਉਂ ਕਾਜਗਾਰੀ ਕਰ ਸਿੱਟੀ ਜਾਂਦਾ ਤੂੰ ਹਾਂ ਠੀਕ ਹੈ ਨਾ Papa ਕੋਈ ਨਾ ਤੈਨੂੰ ਕਾਹਾਂ ਪਤਾ ਲੱਗੂਗਾ ਹਾਂ ਉਹ ਤਾਂ ਮੈਨੂੰ ਪਤਾ ਪਤਾ ਹੀ ਮੈਨੂੰ ਅਸੀਂ ਅਨਪੜ੍ਹ ਬੰਦੇ ਆਂ ਸ਼ਾਂਤ ਵੀ ਸਾਡਾ ਜਵਾਬ ਕਿ ਪਤਾ ਨਹੀਂ ਕਾਜਗਾਰੀ ਕਰ ਸਿੱਟੀ ਜਾਂਦਾ ਆ ਜਾਨ ਪਤਾ ਨਹੀਂ ਤੂ ਮਾਪੇ ਨੂੰ ਤਾਂ ਇਹੀ ਹੁੰਦਾ ਵੀ ਇਹਨਾਂ ਦਾ ਜਵਾਕ ਆਗਾ ਪੈਰਾਂ ਸਿਰ ਤੇ ਹੋਵੇ ਹਾਂ ਜੀ ਹਾਂ ਕੋਈ ਸੰਤਾਂ ਆਏ ਸੀ ਮੈਂ ਤਾਂ ਪੜ੍ਹਦੇ ਲਾਇਆ ਵੀ ਇਹ ਕਾਜਕਾਰੀ ਕਰੀ ਜਾਂਦਾ ਹਾਂ ਉਹਦੇ ਮੈਨੂੰ ਇਹ ਫਹਿਮਤੀ ਆ ਹੁਣ ਕਿਵੇਂ ਲੱਗਦਾ ਸਿਰ ਨਾ ਹੁਣ ਮੈਨੂੰ ਪਤਾ ਲੱਗਦਾ ਜੀ ਹਾਂ ਠੀਕ ਆ ਹੁਣ ਨੌਚਾ ਹੁੰਦਾ ਹੁਣ ਆਏ ਲੱਗਦਾ ਵੀ ਪੈਰਾਂ ਸਿਰ ਤੇ ਹੋ ਗਿਆ ਕੋਈ ਟੈਨਸ਼ਨ ਨਹੀਂ ਨਾ ਨਾ ਜੀ ਹੁਣ ਕੋਈ ਟੈਨਸ਼ਨ ਨਹੀਂ ਹੁਣ ਕੋਈ ਟੈਨਸ਼ਨ ਨਹੀਂ ਰੋਕ ਟੋਕ ਪਹਿਲਾਂ ਹੋਰ ਵਿਦੇਸ਼ ਵਾਲੇ ਪਾਸੇ ਜਾਣ ਨੂੰ ਕਹਿੰਦੇ ਸੀਗੇ ਵੀ ਬਾਈ ਛੱਡ ਭਰਾ ਹੁਣ ਵੀ ਆਪਦਾ ਕਿਸੇ ਹੋਰ ਪਾਸੇ ਲੱਗ ਜਾ ਜਾਂ ਬਾਹਰ ਵਗ ਜਾ ਜਾਂ ਕਿਸੇ ਸਰਕਾਰੀ ਨੌਕਰੀ ਵਾਲੇ ਪ नहीं उधर से गया भी नहीं है जी बाहर भी जाने कहते हाँ। नहीं एक कहना भाव पता कि बैठे। हाँ। मेरा पाई हाँ। है तुम तीन बैठे हो मेरा भाई मेरे दिमागी टेंशन बढ़ता वो बार चुज पे है ये कहना पावा जी बहरे पा गया छोटी जिंदगी खराब हो जाऊगी गया नहीं बहार जाने बेट दे भी आ जा बारे, पैसे लेने गया नहीं है साढ़े करके नहीं गया बेटे दोनों जी बड़ा अड्डा अच्छा कोई बीजा कम कर दा कम वो बदिएगा आपकी दुकान है ਆਹ ਜਿਹੀ ਗੱਲਾਂ ਜਿਹੜੇ ਮਾਪਿਓ ਕੱਲੇ ਕੱਲੇ ਧੀ ਪੁੱਤ ਨੂੰ ਵਿਦੇਸ਼ਾਂ ਵੱਲ ਭੇਜ ਰਹਿੰਦੇ ਨੇਗੇ ਬਿਨਾਂ ਕਿਸੇ ਜਾਣ ਪਹਿਚਾਣ ਤੋਂ ਭੇਜ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਤਾ ਕਿ ਜੀ ਹੁਣ ਆਲਾ ਬਾਕਸਾ ਜਾਂਦਾ ਮੇਰੇ ਸਾਹਮਣੇ ਕਈ ਚਾਂਸ ਹੋਏ ਨੇ ਆ ਸਾਡੇ ਕੋਲ ਸ਼ੇਰੋਦੀ ਖੇਤਾਂ ਚੋਂ ਬੰਦਾ ਜ਼ਮੀਨ ਵੇਚ ਕੇ ਬਾਕਾ ਤਿੰਨ ਕਿਲੇ ਉਹ ਲੜਕੀ ਕਹਿੰਦੀ ਮੈਂ ਤੇਰੇ ਨਾਲ ਬੈਹ ਕਰਾ ਲੂੰਗੀ ਵੀ ਮੇਨੂੰ ਤੂੰ ਬਾਹਰ ਮੈਨੂੰ ਭੇਜ ਦੇ ਪੈਸੇ ਲਾ ਕੇ ਮੈਂ ਤੈਨੂੰ ਸ਼ਾਦ ਲੂੰਗੀ ਉਹ ਫਿਰ ਦਿੱਤਾ ਹਾਂ ਮਰਦ ਨੂੰ ਕੀ ਕਰੂੰਗੀ ਤਿੰਨ ਕਿਲੇ ਵੇਗਿਆਲੇ ਕੋਈ ਸਾਰੇ ਕਿਲੇ ਸੀ ਨੇ ਤਿੰਨ ਰਹਿ ਗਏ ਕੀ ਕਰੂਗਾ ਬਾਹਰ ਜਾ ਕੇ ਉਹ ਨਾਲ ਦੂਜਾ ਵਾਲਾ ਕਹਿੰਦੇ ਵੀ ਇਹ ਹੁਣ ਮੇਰੇ ਰਹਿ ਗਈ ਤੂੰ ਆ ਦੀ ਹਿੱਸੇ ਦੀ ਵੇਚਤੀ ਮੈਂ ਕਹਿੰਦੇ ਸ਼ਾਮੇ ਮੈਂ ਨਹੀਂ ਗਾਹੋ ਮੁੰਡਾ ਹੀ ਮੁੜਿਆ ਜਿਵੇਂ ਗਿਆ ਤੀਆ ਉਹਨੇ ਸ਼ਾਮੇ ਮੈਂ ਨਹੀਂ ਆਇਆ ਜਾ ਕੇ ਆ ਗਿਆ ਵਾਪਸ ਵਾਪਸ ਆ ਗਿਆ ਜੀ ਜਾ ਕੇ ਦੋ ਤਿੰਨ ਮਹੀਨੇ ਬਾਅਦ ਵਾਪਸ ਮੁੜਿਆ ਜਿਮੀਦਾਰ ਦਾ ਮੁੰਡਾ ਤਿੰਨ ਕਿਲੋ ਵੇਚ ਕੇ ਗਿਆ ਚਾਹ ਰੋ ਗਰੀਬ ਬੰਦਾ ਮੇਰਾ ਲਹਿਜਾ ਤਾਹਾਂ ਮਾਰਦਾ ਕੀ ਕਰੂਗਾ ਬਾਰੇ ਜਾ ਕੇ ਉਹਦੇ ਨਾਲ ਤੇ ਡੈੜੀ ਕਰਕੇ ਖਾ ਲਵਾਂ ਤੇ ਪੰਜ ਕਿਹੜਾ ਕੰਮ ਨਹੀਂ ਇਹੀ ਕੰਮ ਉੱਥੇ ਕਰਾਂਗੇ ਇਹੀ ਕੰਮ ਹੋ ਰਿਹਾ ਹੋਊਗਾ ਹੁਣ ਮੈਂ ਸਾਰੀ ਨਹੀਂ ਕਿਹੜਾ ਮੇਰਾ ਇੰਨੀ ਗਰੀਬੀ ਕਿੱਥੇ ਮੈਂ 8 ਦਿਨੋਂ ਭੁੱਖ ਜਿਵਾ ਕੰਮ ਮਤੇ ਲਾ ਲੇ ਦੋਨੇ ਕੁੜੀਆਂ ਕੁੜੀ ਬੈਹਲੀ ਉਹ ਵੀ ਪੜ੍ਹਾ ਲਈ ਸਾਰੇ ਕੰਮ ਜਾਣਦੀ ਐ ਮੈਂ ਤੇਨੇ ਪੱਛੇ ਉਹਦੇ ਕੰਮ ਤੇ ਲਾ ਲੇ ਆਬ ਜਿ ਗਰੀਬ ਦੇ ਸਾਹਮਣੇ ਆ ਹਾ ਅਠ ਹਾਲ ਨੇ ਭੁੱਖੇ ਵੀ ਗੱਟੀ ਹੋਏ ਜਦੋਂ ਮੇਰੇ ਤੇ ਬੱਕ ਸੇ ਪਾਇ ਹੋਤੇ ਕਿਉਂ ਭੈਣ ਬਿਮਾਰ ਸੀ ਕਰੇ ਭਾਈ ਹੋ ਪਿਆ ਮੱਝੇ ਮੇਰੀ ਮਾਂ ਬਿਮਾਰ ਸੀ ਸਾਟਾ ਬਰਸ਼ਾਂਖੇ ਜਹਾੜੀ ਨਾਲ ਮੈਂ ਆਪ ਤੇ ਜਬੱਕ ਪਾ ਲੇ ਫੇਰ ਮੈਂ ਆ ਜਹਾੜੇ ਕੰਮ ਤੇ ਲਾਤੇ ਕੋਈ ਜਿਬੱਕ ਮੈਂ ਜਹਾੜੀ ਦੁਰਾ ਬੈਠਾ ਮuze ਪੁੱਛਣ ਜੇ ਕੋਈ ਜਹਾੜੀ ਜਾਣ ਦਿੰਦਾ ਮੈਂ ਆਪ ਦੇ ਸਕਰੀਬ ਗੱਟੀ ਆ ਰਾਜੇ 12 ਬਾਰ ਵਰਸੇ ਕੰਮ ਕਰਿਆ ਹੋਇਆ ਮੇਰਾ ਹੁਣ ਤਾਂ ਹੁਣ ਜਿਹੜੇ ਹੋਣ ਵਾਲੇ ਹੋਣ ਵਾਲੀ ਪੀੜ੍ਹੀ ਆ ਗਈ ਉਹ ਉਹ ਇਹ ਕਹਿੰਦੇ ਆ ਕਿ ਜੀ ਹੁਣ ਰੋਜ਼ਗਾਰ ਨਹੀਂ ਰਿਹਾ ਸਰਕਾਰਾਂ ਨੂੰ ਦੋਸ਼ ਦੇ ਰਹੇ ਆ ਜਦ ਕਿ ਸਰਕਾਰਾਂ ਵੀ ਆਪ ਪਾਪ ਹੀ ਚੁੰਦੇ ਆ ਰੋਜ਼ਗਾਰ ਸਭ ਕੁਸ ਹੈ ਕੰਮ ਹੁਣ ਵੀ ਮਿਲਦਾ ਆ ਪੁੱਛਦਾ ਮੈਂ ਹੁਣ ਹੀ ਦੱਸ ਆ ਐਸੇ ਮਹੀਨੇ ਜਵੇਲਾ ਮੈਂ ਮੈਂ 8-9000 ਹੁਣ ਵੀ ਲੈਂਦਾ ਸੀ ਇਹ 8-9000 ਚੋਂ ਮੈਂ ਪੈਸੇ ਜਮਾ ਵੀ ਕਰਦਾ 500 ਰੁਪਇਆ ਸਾਰੀ ਕਾ ਆ ਬੈਠਾ ਮੂਰੇ ਬਿਨ ਪੁੱਛਦਾ ਸਾਰਾ ਘਰ ਦਾ ਖਰਚਾ ਤੋਰਦਾ ਨਾਲੇ ਮੇਰੇ ਪੈਸੇ ਪੱਲੇ ਹੁੰਦੇ ਨੇ ਪਰ ਲੋਕ ਕੰਮ ਨਹੀਂ ਕਰਦੇ ਨਾਲੇ ਮੇਰੇ ਗੋੜੇ ਖੁੰਦੇ ਨੇ ਤਾਂ ਇਹ ਮੇਰੇ ਰਾਜਨੀਤੀ ਕਰ ਰਹੇ ਆ ਦੋ ਸ ਰੈਗੂ ਕਰਦੇ ਨੂੰ ਪਹਿਲਾਂ ਚ 4-5 ਸਾਲ ਮੇਰੇ ਜਨੀ ਡਿਊਟੀ ਕੀਤੀ ਹੈ। ਹੂੰ। ਰੁਪਈਆ ਪਹਿਲਾਂ 8000 ਸੀ ਹੁਣ 9000 ਸੀ। ਤਾਂ ਵੀ ਬਧੇ ਟਾਈਮ ਪਾਸ ਹੁੰਦਾ ਇਹੋ ਜਿਹੀ ਕੋਈ ਗੱਲ ਜੇ ਬੰਦਾ ਕੰਮ ਕਰੇ। ਫਿਰ ਨੌਜਵਾਨਾਂ ਨੂੰ ਤਾਂ ਬਹੁਤ ਕੰਮ ਆਣੇਗੇ ਫਿਰ ਇਸ ਹਿਸਾਬ ਨਾਲ ਤਾਂ ਜੇ ਬਾਦੂ ਨਹੀਂ ਤਾਂ ਪੜ੍ਹੇ ਲਿਖੇ ਜੀ ਮੈਂ ਤਾਂ ਆਣ ਪੜਾਂਗਾ। ਹਾਂ। ਮੈਂ ਤਾਂ ਪੰਜੀ ਪੜਿਆ ਹੋਇਆ ਐ ਇਹ ਤਾਂ ਕੋਈ 13 ਪੜਿਆ ਕੋਈ ਐਮਏ ਕਰੀ ਫਿਰਦਾ ਹੈ। ਅਸੇ ਰੈਗੂ ਵੀ 8000 ਮੇਰੇ ਜਨੀ ਲੈਂਦੇ ਨੇ। ਹਾਂ। ਐ ਤਾਂ ਪੜ੍ਹ ਲਿਖ ਕੇ ਵੀ। ਹਾਂ। ਮੇਰੇ ਕੋਲ ਇੱਕ ਮੁੰਡਾ ਮੈਂ ਫੈਟ ਚਾਹ ਫੈਟੀ ਲੱਗਿਆ ਹੋ ਜੀਆ। ਹਾਲ ਉਮਰ ਨੂੰ ਕਰਦਾ ਬਾਬਾ ਉਹ ਰੇ ਬੰਦਾ ਰੱਖਦੇ ਨੇ ਮਾਪੇ ਰਾਤ ਦੇ ਡਿਊਟੀ ਦੇ ਖਮੇਰੀਆਂ ਨੇ ਡਿਊਟੀ ਦਾ ਮਾ ਦੇਣੇ ਮੁੰਡਾ ਇਥੇ ਨਾਗਰੀ ਲੱਗਿਆ ਜਿਵੇਂ ਜਿਹੜਾ ਪੜ੍ਹਿਆ ਲਿਖਿਆ ਮੁੰਡਾਗਾ ਕਹਿੰਦਾ ਪਾ ਜੇ ਮੈਨੂੰ ਰੱਖ ਲਓ ਮਾਪੇ ਹੁਣ ਸਾਡੇ ਕੋਲ ਉਹ ਬੰਦੇ ਹੈਗੇ ਨਹੀਂ ਮੈਂ ਕਿਵੇਂ ਰੱਖ ਲੈਣਗੇ ਇਹ ਜਿਹਨੇ ਇਹਨੂੰ ਲੋੜਾ ਬੰਦੇ ਆ ਇਸ ਨੂੰ ਉੰਦੀ ਰੱਖੂਗਾ ਅਗਲਾ ਫਿਰ ਦੋ ਬੰਦੇ ਆ ਮਹਾ ਰਾਤ ਦੀ ਡਿਊਟੀ ਮੇਰੀ ਹੈ ਜਿੰਦੀ ਮੁੰਡੀ ਜੋਦੀ ਹੈਗੀ 8000 ਰੁਪਏ ਦਾ 8000 ਹੀ ਮੇਰਾ ਹੈ ਪਰ ਜਿਹੜੇ ਪੜ੍ਹਿਆ ਲਿਖਿਆ ਮੁੰਡੇ ਨੇ ਕੋਈ ਆਬਦਾ ਆਬਦਾ ਕੰਮ ਨਹੀਂ ਤੋੜਦੇ ਮੈਂ ਚੱਕਰ ਤਾਂ ਇਹ ਹੈਗਾ ਸਰਕਾਰੀ ਨੌਕਰੀ ਚਾਹੀਦੀ ਹੈ ਨਹੀਂ ਸਰਕਾਰੀ ਨੌਕਰੀ ਨਾਲ ਪ੍ਰਾਈਵੇਟ ਨੌਕਰੀ ਮੂਰੇ ਜੇ ਬੰਦਾ ਬਦਕਰੀ ਹਾਂ ਜੇ ਬੰਦਾ ਅੱਜ 300 ਰੁਪਏ ਵੀ ਕਮਾਉਂਦਾ ਹੈ ਤਾਂ ਵੀ ਤੇ 10 ਵੱਖਰੇ ਤਾਂ ਵੀ ਪਾਲ ਸਕਦਾ ਹੈ ਜੇ ਬੰਦਾ ਸਹੀ ਚੁੱਲਤੇ ਹੋਊਗਾ ਹਾਂ ਇਹ ਚੀਜ਼ ਆ ਗਈ ਮੰਨ ਲਓ ਜੇ ਨਰਪੈ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹਾਂ ਇੱਕ ਪਾਸੇ ਆ ਅੱਜ ਕਿੱਤਾ ਕਰ ਰਿਹਾਗਾ ਹਾਂਜੀ ਉਹ ਚੰਗਾ ਸੀ ਜਾਂ ਅੱਜ ਦਾ ਕਿੱਤਾ ਚੰਗਾ ਜੇ ਮੇਰੇ ਤੇ ਵੀ ਚੰਗਾ ਲੱਗਦਾ ਜੀ ਆਪਦੇ ਪੈਸੇ ਆਪਦੀ ਰੋਟੀ ਦਾ ਖਾਂਦਾ ਵਧੀਆ ਨਾਲ ਘਰੇ ਬੈਠਾ ਜਿਹੜਾ ਬਾਹਰ ਜਾਂਦਾ ਨਾ ਮੈਨੂੰ ਫਿਕਰ ਹੈ ਵੀ ਕਿਦੋਂ ਆਇਆ ਕਿਦੋਂ ਗਿਆ ਇਹ ਵੀ ਕੋਈ ਕੀਤਾ ਮਾੜਨ ਹੈ ਜੀ ਆਪ ਦਾ ਕੀਤਾ ਆਪ ਦਾ ਕੀਤਾ ਬੰਦਾ ਕੋਈ ਕਰਦਾ ਮਾੜਾ ਨਹੀਂ ਹੁੰਦਾ ਕਿੰਨਾ ਵੀ ਕਿੰਨਾ ਮਰਜੀ ਵਿਧਾਈ ਚੱਲੋ ਹਾਂ ਜੇ ਨਾ ਮਰਜੀ ਵਿਧਾ ਰੋ ਜਿਹਨੂੰ ਇਹ हिसाब ਦੇ ਸਾਰੇ ਹੈਗਾ ਜੇ ਆਪਾਂ ਨਿਮਤ ਰੱਖਾਂਗੇ ਵੱਧ ਵੀ ਜਾਊਗਾ ਇਹ ਵੀ ਚੀਜ਼ ਹੈਗੀ ਇਹ ਵੀ ਕੋਈ ਹੋਣੀ ਹੈਗਾ ਕਿਉਂ ਮੈਂ ਸਾਰੇ ਉਹ ਮਰਦਹਾੜੀ ਕਰੇਗੀ ਮੈਂ ਰਾਜੇ 12 ਪਰਸੇਹਾੜੀ ਕਰ ਰਹੀ ਹਾਂ ਜਦੋਂ ਆਖ ਪਾਲਣ ਵਾਸਤੇ ਸ਼ਿਸ਼ਮੀ ਨੇ ਬਾਰੇ ਵੀ ਰਹੇ ਹੋਇਆ ਮੈਂ ਕਿਤੇ ਕਿਸੇ ਫੈਕਟਰੀ ਬਾ ਗਿਆ ਧੂਰੀ ਦੇ ਰੋਸਪਾਲ ਕਿੱਥੇ ਹੈ ਸਾਲ ਪਰ ਲਾ ਕੇ ਆਇਆ ਗਲੂਕੋਜ਼ ਦੇਖ ਲਓ ਸਮਰੂਰ ਕਿੱਥੇ ਹੈ ਚਾਰ ਪਰ ਰੇਜੇ ਲਾ ਕੇ ਆਇਆ ਦਸਵੇਂ ਸੰਤਰਾਮ ਦੇ ਸੁਨਾਮ ਲਾ ਕੇ ਆ ਸੀਵੇਂ ਮੈਂ ਗਿੱਦੜ ਵੇ ਲੈ ਕੇ ਆਇਆ ਜਵਾਖਾਂ ਦਾ ਮਾਰਿਆ ਮੈਂ ਉਹਦਾ ਵੀਰ ਨਾ ਬਸ ਕਰੇ ਪਰ ਜਵਾਖ ਫੇਰ ਵੀ ਪਾਲਦੇ ਆਪ ਜੱਕਰੇ ਹੁੰਦਾ ਜੀ ਜੇ ਬੰਦਾ ਕੰਮ ਕਰੂਗਾ ਆਪਣੇ ਉਰੀ ਕੈਨੇਡਾ ਹਾਂ ਜੇ ਕੰਮ ਕਰੀਏ ਪਰ ਆਪਣੇ ਲੋਕ ਕੰਮ ਨਹੀਂ ਕਰਦੇ ਇਹ ਚੱਕਰ ਤੇ ਹੈਗਾ ਕਿਉਂ ਇਹ ਪੈ ਗਏ ਨਸਿਆਂ ਚ ਬੇਲੇ ਬੈਠੇ ਨੇ ਚੰਗਾ ਖਾਣਾ ਰਾਤ ਨਚੋਰੀਆਂ ਕਰਨੀ ਆਪਣੇ ਲੋਕ ਐ ਹੋ ਗਏ ਹੋਰ ਗੱਲ ਕੁਛ ਨਹੀਂ ਕੰਮ ਆਪਣੇ ਪੰਜਾਬ ਜਨ ਆਪਣੇ ਪੰਜਾਬ ਚ ਕੰਮ ਹੈ ਇੰਨਾ ਬਾਹਰੇ ਕੰਮ ਨਹੀਂ ਹੈਗਾ ਜੀ ਸਾਰੇ ਮੇਰੇ ਲੋਕਾਂ ਸ਼ੁਣਦਾ ਜਿਵੇਂ ਹੁਣ ਆਪਣੇ ਪ੍ਰਵਾਸੀ ਵੀਰ ਆਉਂਦੇ ਨੇਗੇ ਉਹ ਵੀ ਇੱਥੇ ਕੰਮ ਹੀ ਕਰਦੇ ਨੇ ਹਾਂ ਕੰਮ ਹੀ ਕਰਦੇ ਨੇ ਜੀ ਹੁਣ ਆਪਾਂ ਇਹ ਲਾ ਲੋ ਮੈਂ ਹੁਣ ਡਾਕਟਰ ਡਿਊਟੀ ਕੀਤੀ ਹੈਗੀ ਸਨਾਮ ਕਸ਼ਮੀਰੀ ਦੇ ਤੁਸੀਂ ਜਾਣਦੇ ਹੋ ਕਸ਼ਮੀਰੀ ਨੂੰ ਉਹ ਇਹ ਡਿਊਟੀ ਕੀਤੀ ਹੈ ਰਾਤ ਦੇ ਪੌਣੇ 12:00 ਵਜੇ ਭਈਏ ਵਜੇ ਘਰੇ ਵੜਦੇ ਨੇ ਇੱਥੇ ਲੋਕ ਆ ਸਾਡੇ ਹੁਣ ਦੇਖ ਲਈ ਅੱਧੇ ਘੰਟੇ ਨੂੰ ਘਰੇ ਆ ਜਾਣਗੇ ਫਿਰ ਉਹ ਕੀ ਪੈਸਾ ਕਮਾਉਣਗੇ ਹਾਂ ਇਹ ਤੁਸੀਂ ਮੰਨਦੇ ਹੋ ਹਾਂ ਉਹ ਕੀ ਪੈਸਾ ਬਣੂਗਾ ਮੇਰੇ ਕੋਲੇ ਭਈਏ ਰਹਿੰਦੇ ਉਹਨਾਂ ਕੋਲੇ ਤਿੰਨ ਰੇੜੀ ਤਾਂ ਜੂਰਦੀਆਂ ਨਗੀਆਂ ਗੰਨੇ ਦੀਆਂ ਇੱਕ ਰੇੜੀ ਉਹਨਾਂ ਕੋਲੇ ਕੁਲਫੀਆਂ ਦੀ ਇਹ ਕਿਰੀਏ ਉਹਨਾਂ ਕੋਲ ਜਿੱਤੇ ਉਹ ਬਣੀ ਫਿਰਦੇ ਨੇ ਕਿ ਆਹ ਪਦੀਨਾ ਜਾ ਜਲਪੰਗੜਾ ਲੱਕੀ ਕਹਿੰਦੇ ਉਹਨੂੰ ਜਲਜੀਰਾ ਜਲਜੀਰਾ ਹਾਂ ਇੱਕ ਉਹ ਉਹ 12 ਵਜੇ ਘਰੇ ਵੜਦੇ ਨੇ ਰਾਤ ਨੂੰ ਰਾਤ ਨੂੰ 12 ਵਜੇ ਘਰੇ ਵੜ ਕੇ ਬਾਜੂ ਫੜੇ ਭਾਈ ਰਣ ਮੇਰੇ ਕੋਲ ਪਾਣੀ ਪੰਨੂਂਦੇ ਐ ਐਂਕਰ ਗੇਟ ਖੋਲੂਗਾ ਪਾਣੀ ਪੰਨਾਂ ਭਾਲੋ ਭਾਈ ਮਾ ਬਾਈ ਹੁਣ ਆਏ ਨੇ ਕਹਿੰਦੇ ਹਾਂਜੀ ਹੁਣ ਆਏ ਨੇ ਜੇ ਉਹ ਬੰਦੇ ਕਾਮਯਾਬ ਹੋਣਗੇ ਨਹੀਂ ਫਿਰ ਆਪਾਂ ਵੜਦੇ ਨੇ 7 ਵਜੇ ਘਰੇ ਕਿੰਨਾ ਫਰਕ ਆ ਜੀ ਆਪਾਂ ਪੰਜਾਬ ਚ ਰਹੇ ਕੇ ਪੰਜਾਬ ਚ ਕਾਮਯਾਬ ਨਹੀਂ ਹੋ ਸਕਦੇ ਹਾਂ ਪਤਾ ਕਿ ਇਹ ਦੁਨੀਆ ਮੇਰੀ ਸਾਰੀ ਗਈ ਕੋਈ ਇਹ ਜੀ ਗੱਲ ਹਿੰਦੁਸਤਾਨ ਦਾ ਕੋਨਾ ਕੋਨਾ ਕਿਆ ਹੋਇਆ ਮੇਰਾ ਚਾਹੇ ਮੈਂ ਆਣ ਪੜੀ ਆ ਪਰ ਪਤਾ ਕੀ ਆਪਨੇ ਲੋਕਾਂ ਨੂੰ ਸੂਝ ਨਹੀਂ ਹੈਗੀ ਕੰਮ ਕਰਨ ਦੀ ਮੈਨੂੰ ਸਹੀ ਗੱਲ ਦੱਸ। ਦੇਖ ਮੇਰੇ ਗੁੱਡੇ ਲੋਕ ਸੁਣ ਲੈ ਮੈਂ ਹੁਣ ਵੀ ਮੈਂ ਆਪਦੇ ਬੱਚਾ ਤੋਂ ਨਹੀਂ ਕਹਾਂਦਾ ਮੈਂ ਹੁਣ ਵੀ ਆਪਦਾ ਕਰਕੇ ਖਾਣਾ ਹੁਣ ਵੀ ਮੈਂ ਮੇਰੇ ਗੁੱਡੇ ਇੰਨੀ ਲੋਖਦੇ ਨੇ ਜੇ ਮੈਂ ਆ ਅੱਧਾ ਸਾਡਾ ਕਿਟ ਕਿਦੂਰਾ ਹੈ ਉਰੇ ਤੱਕ ਮੈਂ ਦੋ ਵਾਰੀ ਬੈਠ ਕੇ ਜਾਊਂਗਾ ਤਾਂ ਵੀ ਮੈਂ ਆਪਦਾ ਕੰਮ ਕਰਦਾ ਵੀ ਜਬਾਖਨ ਨੂੰ ਹਜੇ ਮੈਂ ਬੋਝ ਨਾ ਪਾਵਾਂ ਚੱਕਰ ਤਾਂ ਕੋਈ ਨਹੀਂ ਜੇ ਮੈਂ ਹੁਣ ਵਾਜਾ ਉਹਦੀ ਵੀ ਦੁਕਾਨ ਹੈ ਇਹਦੀ ਵੀ ਦੁ ਪਰ ਤਾਂ ਵੀ ਆਪਦੇ ਸਰੀਰ ਦਾ ਮਰਮ ਹੈ ਕੰਮ ਕਰਦਾ ਜੀ ਹਾਂ ਇਹ ਨਹੀਂ ਹੈਗਾ ਕਿ ਮੈਨੂੰ ਆਏ ਵੀ ਜਬੱਖਾਂ ਦੇ ਕਿਉਂ ਬੋਝ ਪਾਈਏ ਚਾਰ ਪੈਸੇ ਨੇ ਆਪਦੇ ਪੱਜ ਲੈਣੇ ਕੱਲ ਨੂੰ ਕੁੜੀ ਨਹੀਂ ਵੀ ਆਉਣਾ ਕਿਸੇ ਪਾਸੇ ਵੀ ਜਾਣਾ ਇਹਨੂੰ ਮੈਂ ਕਿਉਂ ਮੰਗੂਗਾ ਨਾਲ ਮੈਨੂੰ ਦਿੰਦੇ ਨੇ ਇਹ ਵੀ ਨਹੀਂ ਜਵਾਬ ਦੇਣ ਦੇ ਬਹੁਤ ਮਗਲ ਉਹ ਵੀ ਜੂਗਾ ਇਹ ਤਾਂ ਮਗਲੇ ਵੀ ਜੂਗਾ ਜਵਾਬ ਦੇਣ ਦੇ ਮੈਨੂੰ ਤੇਨੇ ਪੈਸੇ ਨਹੀਂ ਦਿੰਦੇ ਤਾਂ ਵੀ ਮੈਂ ਆਪਦਾ ਕਰਦਾ ਚੰਗੀ ਗੱਲਾ ਵੀ ਜੇ ਹੁਣ ਉਹ ਉਹ ਕੰਮ ਆ ਮਸ਼ੀਨ ਖੜੀ ਮਸ਼ੀਨਰੀ ਵਾਲਾ ਕੰਮ ਹੋ ਜਾਂਦਾ ਹਾਂ ਜੀ ਹਾਂ ਪਰ ਮੈਂ ਜਿਵੇਂ ਕਰੂੰਗਾ ਤਾਂ ਇਹਨਾਂ ਤੇ 10 ਸਾਲ ਮੈਂ ਹੋਰ ਕਰੀ ਜਾਮ ਨਹੀਂ ਮੈਂ ਬੈਹਿ ਜਾਮਾ ਮੈਂ ਤਾਂ ਫੇਰ ਹੱਡ-ਗੋਡ ਜਵਾਦ ਹੀ ਜਾਂਦੇ ਆ। ਜਵੇਂ ਜੜਜੂnga ਜੀ ਫਿਰ ਇਸੇ ਕੰਮ ਦਾ ਵੀ ਰਹਿਣਾ ਮੈਂ। ਹਾਂ ਜੇ ਮੈਂ ਕੰਮ ਕਰੂੰਗਾ ਤਾਂ ਫੇਰ ਸਿਰ ਟੁਰਦਾ ਰਹੂਗਾ। ਹੁਣ ਜੇ ਕਹਦੇ ਮੋਟਰਸਾਈਕਲ ਤਿੰਨੇ ਖੜੇ ਨੇ। ਮੈਨੂੰ ਹਰੇਕ ਬੰਦਾ ਜਿਹੜਾ ਐਡਾਂ ਕਰਦਾ। ਉਹ ਤੂੰ ਹਜੇ ਵੀ ਗੋਟ ਸਾਈਕਲਾਂ ਤੁਰਾ ਫਿਰਦਾ। ਮਾ ਭਾਈ ਮੋਟਰਸਾਈਕਲ ਸਾਹ ਕੋਲ ਜਾਣਦੇ ਹੋ ਮੈਂ ਗੱਡੀ ਚਲਾ ਲੈ ਮੋਟਰਸਾਈਕਲ ਵੀ ਚਲਾ ਸਕਦਾ ਮੈਂ। ਪਰ ਮੈਂ ਆਪ ਦੀ ਸਰੀਰ ਦਾ ਮਾਰਾ ਫਿਰਨਾ ਨਹੀਂ ਕਰਦੀ। ਹੁਣ ਲਾਲਾ ਮੈਂ ਤਾਂ ਰੱਖੀਦਾ 7 ਵਜੇ ਕੱਢੇ ਕਿੜਾ ਹੋਇਆ। ਆਸਣੇ 4:30 ਵਜੇ ਕਰੇ ਬੜਾ ਸਾਈਕਲ। ਪਰ ਮੈਂ ਚੱਲ ਹੁਣ ਉਦੋਂ ਮੇਰਾ ਸਿਰ ਦਰਦਾ ਚੱਕਰ ਤੇ ਐ ਹੁਣ ਮੈਂ ਫੈਕਟਰੀ 'ਚ ਰਹਿ ਆ ਉੱਥੇ ਤੜਕੇ ਇਸ ਨਾਮ ਦੇ ਮੁੰਡੇ ਖੁੰਡੇ ਜਿਹੜੇ ਮੈਨੂੰ ਜਾਣਦੇ ਮੈਂ ਕਿਹੜਾ ਬੋਲ ਵੀ ਮਾਰਦਾ ਵਾ ਭੱਜਲਾ ਓਏ ਉਹ ਤੂੰ ਆਏ ਨਹੀਂ ਪਤਾ ਮਹਲੇ ਚੋਂ ਕੁਝ ਮੁਰਦੇ ਨੇ ਪਤਾ ਨਹੀਂ ਗਾਹਾਂ ਤੋਂ ਮੁਰਦੇ ਨੇ ਉਹ 2 ਘੰਟੇ ਬਾਅਦ ਮੁਰਦੇ ਨੂੰ ਸਾਈਕਲ ਤੇ ਕਿਉਂ ਉਹ ਆਪਦੇ ਸਰੀਰ ਦੇ ਮਾਰੇ ਹਾਂ ਵੀ ਫਿਰ ਮੈਂ ਤਾਂ ਫੇਰੀ ਬੁੜਾਂਗਾ ਇਹ ਚੀਜ਼ ਦਾ ਫਰਕ ਆ ਜੀ ਹਾਂ ਹਾਂ ਪਰ ਜਿਹੜੇ ਲੋਕ ਆਪਣੇ ਕਹਿੰਦੇ ਵੀ ਪੰਜਾਬ 'ਚ ਕੰਮ ਨਹੀਂ ਪਰ ਪੰਜਾਬ 'ਚ ਕੰਮ ਵਾਧੂ ਹੈ ਜੇ ਕਰਨ ਜੇ ਤੂੰ ਅਜਿਹਾ ਲਾਲਾ ਮੰਨ ਕਰੇ ਉਹਨੇ ਸਾਡੇ ਆ ਮੁੰਡਾ ਕੁਰੇ ਕੋਈ ਰੇਡੀ ਲਾਈ ਦੁਕਾਨ ਕਰੀ ਆ ਉਹਨੇ ਆ ਹੁਣੇ ਕਰੀ ਐ ਤੂੰ ਆ ਲਾਲਾ ਉਹਦੇ ਕੋਲੇ ਬਾਰੀ ਨਹੀਂ ਆਉਂਦੀ ਬਾਹਰ ਤੋਂ ਮੈਂ ਕਹਿੰਦਾ ਜਸ ਮੁੰਡਾ 1500 ਰੁਪਏ ਕਮਾਉਂਦਾ ਕਿਉਂ ਆਪਦੀ ਮਿਹਨਤ ਹੈ ਜੇ ਬੰਦਾ ਉਹ ਮਿਹਨਤ ਕਰੇ ਕੰਮ ਰੂ ਹੀ ਬਣਦਾਗਾ ਜੇ ਹੁਣ ਲੋਹਰ ਬਣਨ ਚ ਵੜ ਜਾਉ ਜੀ ਇੱਧਰ ਭਾ ਗੱਜਰ ਭਾ ਗਿਆ ਫਿਰ ਕੁਝ ਵੀ ਨਹੀਂ ਬਣਦਾ ਫਿਰ ਤਾਂ ਉਹ ਹੀ ਲੋਹਰ ਬਣਾ ਹੀ ਰਹੂ ਹਾਂ ਲੋਹਰ ਬਣਾ ਰਹੂਗਾ ਦੇਖੋ ਕੰਮ ਹੈ ਜੇ ਬੰਦਾ ਹੱਥੋਂ 200 ਰੁਪਏ ਕਮਾਉਂਦਾ ਤਾਂ ਵੀ ਉਹ ਬੰਦਾ ਬਿੱਤਰ ਹੈ ਜੇ ਕੋਈ ਨਸ਼ਾ ਨਹੀਂ ਕਰਦਾ ਉਹ 220 500 ਵਰਗ ਹੈ। ਇਹ ਬੰਦਾ ਕੋਈ ਨਸ਼ਾ ਨਹੀਂ ਕਰਦਾ। ਭਈ ਇਹ ਐਰ ਗੈਰੀ ਫਿਰਨੇ ਫਿਰ ਤੇ ਹਜ਼ਾਰ ਕਮਾਈ ਆ। ਜੀ। ਉਹਦੇ ਨਾਲ ਕੀ ਬੰਦੇ ਜੀ? ਇਹ ਤੁਸੀਂ ਵਿਸ਼ਾਣਿਓ। ਪਰ ਮੇਰਾ ਜਿਹੜਾ ਹਿਸਾਬ ਆ ਦੇਖੋ ਮੈਂ ਬੱਚੇ ਪਾਲੇ ਨੇ ਜਿੰਨੀ ਗਰੀਬੀ ਜੋ ਮੈਂ ਲਿਖੜ ਗਿਆ। ਪਰ ਮੈਂ ਇਹ ਕਹਣਾ ਵੀ ਇਹ ਹਿਸਾਬ ਨਾਲ ਕੋਈ ਬੰਦਾ ਲਿਖ ਨਹੀਂ ਸਕਦਾ। ਜਿਸ ਵੇਲੇ ਮੈਂ ਜਿੱਦ ਤੋਂ ਮੇਰੇ ਬਖਸ ਪਏ ਹੋਏ ਤੇ ਭੈਣ ਮੇਰੀ ਬਿਮਾਰ ਸੀ। ਭਾਈ ਮੇਰਾ ਬਿਮਾਰ ਸੀ। ਭਾਈ ਤਨਹਲੇ ਹੁੰਦਾ। ਭੈਣ ਚੰਡੀਗੜ੍ਹ ਹੁੰਦੀ। 8 ਦਿਨੋਂ ਭੁੱਖਾ ਰਹਿ ਆਵੇਂ। ਤਾਈ ਮੈਂ ਬਖਸ ਕੱਢ ਲਿਆ। ਪਰ ਫਿਰ ਵੀ ਉਹ ਮਰ ਕੇ ਸੁਪੁਰਗਣ। ਯਾਰ ਮੌਜਾ ਮਾਰਦੇ ਕੋਈ ਥੋੜੇ ਦੇ ਚੀਜ਼ ਜੀ ਹਾਂ ਵਧੀਆ ਮੌਜ ਮਾਰਦੇ ਪਰ ਐ ਵੀ ਮੈਂ ਤਾਂ ਹਰੇਕ ਬੰਦੇ ਨੂੰ ਇਹ ਕਹਿੰਦਾ ਭਾਈ ਦੇਖੋ ਚਾਹੇ ਬੰਦਾ ਬੁਲਬਲੇ ਵੇਚ ਲੇ ਆਥ ਨੂੰ 50 ਰੁਪਏ ਕਰ ਲੈਖਦਾ ਬੜੂਗਾ ਨਾ ਜੇ ਇਥੇ ਬੈਠਾ ਕਾ ਚੌਂਕੜੀ ਚੋਂ ਕੀ ਲਊਗਾ ਉਹਦਾ ਕਮਾਊਗਾ ਉਹਦਾ ਕਮਾਊਗਾ ਲੋਕ ਖਨੜ ਕੇ ਜਾਣਾ ਸੇ ਕਰੂਗਾ ਚੱਕਰ ਤੇ ਹੈ ਨਾ ਇਹੇ ਕਰਕੇ ਦੇਖੋ ਜਿਵਾਖ ਮੇਰੇ ਪੜੇ ਨੇ ਸਨਾਹ ਪੜਦਾ ਤਾਂ ਵੀ ਸਕੂਲ ਚ ਗੇੜਾ ਮਾਰਨਾ ਕਬੂਜ ਪੜਦਾ ਐ ਇਥੇ ਪੜਦੇ ਤਾਂ ਵੀ ਗੇੜਾ ਮਾਰਨਾ ਆ ਸਾਡੇ ਪ੍ਰਾਇਮਰੀ ਸਕੂਲ ਚ ਪੜਦੇ ਤਾਂ ਵੀ ਗੇੜਾ ਮਾਰਨਾ ਜਿੱਤੇ ਵਿਹਲਾ ਹੁੰਦਾ ਮੈਂ ਸਕੂਲ ਜਾਨਾ ਮਾਟਰ ਹਾਸੇ ਦੇ ਮੈਨੂੰ ਕਹਿੰਦਾ ਤੂੰ ਆ ਨਾ ਤੇਰੇ ਬੱਚੇ ਤੇ ਨਹੀਂ ਅੱਛਾ ਮਾਨ ਜੀ ਫਿਕਰ ਤਾਂ ਫਿਰ ਵੀ ਹੁੰਦੀ ਹੈ ਹਾਂ ਬੱਚੇ ਦਾ ਕਿਉਂ ਆਏ ਹੁੰਦਾ ਵੀ ਮੇਰੇ ਜਵਾਂਖ ਲੱਤ ਨਾ ਹੋ ਜਾਵੇ ਕੋਈ ਲਾਂਬਾ ਨਾ ਜਾਏ ਆਪ ਫਿਰ ਲਾਂਬਾ ਖੱਟੇ ਨਹੀਂ ਕੀ ਜਿੰਦਗੀ ਜੀ ਸਾਰੀ ਉਮਰ ਕਮਾਈ ਕੀਤੀ ਹੈ ਹਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ ਆਪਣੇ ਸਾਰਿਆਂ ਨੇ ਕਮਾਈ ਕਰਿਆ ਸੇਰ ਵੀ ਕਰੇ ਨੇ ਝਾੜ ਵੀ ਕਰਿਆ ਗੱਡੀ ਵੀ ਚਲਾਈ ਹੈ ਗੱਡੀਆਂ ਭੂਗਾਲੇ ਵੀ ਭਰੀਆਂ ਨੇ ਮੇਸਨ ਜਿਹੜੀ 37 ਸਾਲ ਲਾਇਆ ਮੈਂ ਹੁਣ ਜਾ ਕੇ ਸਲਾਮ ਚ ਪੁੱਛਦਾ ਜਿੱਦੋਂ ਮਰਜੀ ਪੁੱਛਣੀ ਪੁੱਛਦਾ ਸਾਰਾ ਪਿੰਡ ਸਾਰਾ ਸ਼ਹਿਰ ਜਾਣਦਾ ਮੈਨੂੰ ਅਜਿhko ਚੋਰੀ ਗਿਆ ਹੋਣੀ ਹੈਗਾ ਵੀ ਕੋਈ ਜਾਣਦਗਾ ਨਹੀਂਗਾ ਜੀ ਹਾਂ ਸੋ ਇਹ ਸੰਨ ਨਰਪਾਇ ਸਿੰਘ ਦੇ ਬਾਪੂ ਜੀ ਜਿਨ੍ਹਾਂ ਨੇ ਦੱਸਿਆ ਆਪਣੇ ਹਾਲਾਤਾਂ ਬਾਰੇ ਵੀ ਦੱਸਿਆਗਾ ਤੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਕਿ ਇੱਕ ਵੇਲਾ ਬੰਦਾ ਹਮੇਸ਼ਾ ਕੋਈ ਨਾ ਕੋਈ ਚੀਜ਼ ਗਵਾਊਗਾ ਪੈਸਾ ਗਵਾਊਗਾ ਜਾਂ ਕਹਿ ਲਈਏ ਕਿ ਉਹ ਨਸ਼ਿਆਂ ਵਾਲੇ ਪਾਸੇ ਨੂੰ ਤੁਰ ਪੈਂਦਾਗਾ ਤੇ ਪਰ ਇੱਕ ਰੋਜ਼ਗਾਰ ਵਾਲਾ ਬੰਦਾ ਭਾਵੇਂ ਉਹ 50 ਰੁਪਏ ਘਰੇ ਲੈ ਕੇ ਆਵੇ ਉਹ ਲੈ ਕੇ ਆਊਗਾ ਕੁਛ ਨਾ ਕੁਛ ਤੇ ਸੋ ਪੰਜਾਬ ਦੇ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਵਾਲਾ ਜਾ ਰਹੇ ਨੇਗੇ ਜਾਂ ਘਰੇ ਬੈਠੇ ਨੇ ਉਹਨਾਂ ਨੂੰ ਜ਼ਰੂਰਤ ਹੈ ਕਿ ਉਹ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਜਿਹੜੇ ਘਰਾਂ ਚ ਨੇਗੇ ਉਹ ਆਪ ਦਾ ਹੁਨਰ ਆ ਜਿਹੜਾ ਉਹ ਪਛਾਣਨ ਦੀ ਲੋੜ ਆ ਉਹਨਾਂ ਨੂੰ ਸੋ ਅਜਈਆਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਰਲੇਖ ਦੇ ਨਾਲ